ਸ਼੍ਰੀ ਵਾਹਿਗੁਰੂ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾਂ। ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਜੈਸਾ
ਸਤਿਗੁਰ ਸੁਣੀਂਦਾ ਤੈ ਸੋਹੀ ਮੈਂ ਵਿਛੜਿਆ ਮੇਲੇ ਪ੍ਰਭੂ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਈਏ, ਪਿਆਰ ਅਦਬ ਸਤਿਕਾਰ ਦੇ ਨਾਲ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਨਗਰ ਭੇਂਟ, ਇਹਨੂੰ ਆਮ ਭੇਂਟ ਪੱਤਣ ਆਪਾਂ ਕਹਿੰਦੇ ਹਾਂ, ਗੁਰਦਾਸਪੁਰ ਜ਼ਿਲ੍ਹੇ ਦਾ ਨਗਰ ਭੇਂਟ ਪੱਤਣ, ਜਿੱਥੇ ਹਰ ਸਾਲ ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਇੱਥੋਂ ਦੀ ਜਾਂਦੀਆਂ, ਅਤੇ ਕਈ ਸਾਲਾਂ ਤੋਂ ਲਾ ਕੇ ਵੱਡੇ ਵਡੇਰੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਦੀ ਸੇਵਾ ਕਰਦੇ ਆ ਰਹੇ। ਜਦੋਂ ਹੀ ਗੁਰੂ ਪਿਆਰ ਵਾਲੀ ਸੰਗਤ ਦਰਸ਼ਨਾਂ ਨੂੰ ਚੱਲਦੀ ਹੈ ਅਤੇ ਸੰਗਤਾਂ ਥਾਂ ਪਰ ਥਾਂ 'ਤੇ ਉਹਨਾਂ ਦਾ ਸਤਿਕਾਰ ਕਰਦੀਆਂ, ਸਤ ਸੰਗਤ ਜੀ ਪਿੰਡ ਖਡਿਆਲਾ ਸੈਣੀਆਂ ਦੀ ਸੰਗਤ ਹੁਸ਼ਿਆਰਪੁਰ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਜਾਂਦੀ ਹੈ ਅਤੇ ਉਹਨਾਂ ਸੰਗਤਾਂ ਦਾ ਥਾਂ ਪਰ ਥਾਂ ਸਤਿਕਾਰ ਕੀਤਾ ਜਾਂਦਾ ਹੈ। ਸੋ ਇੱਥੇ ਵੀ ਭੇਂਟ ਪੱਤਣ ਐਨ ਬਿਆਸਾ ਦੇ ਕਿਨਾਰੇ 'ਤੇ, ਹੁਣ ਭਾਵੇਂ ਕਿ ਪਾਣੀ ਘਟਦੇ ਜਾ ਰਹੇ ਹੈ, ਬਿਆਸਾ ਦਰਿਆ ਪਿੱਛੇ ਹਟਦਾ ਜਾ ਰਿਹਾ ਹੈ, ਪਰ ਉਸ ਵੇਲੇ ਇੱਥੇ ਪੱਤਣ ਹੁੰਦੀ ਸੀ, ਤਾਂ ਹੀ ਇਹਦਾ ਨਾਂ ਭੇਂਟ ਪੱਤਣ ਪਿਆ ਗੁਰਮੁਖ। ਸੋ ਆਉਣ ਜਾਣ ਵਾਲੀ ਸੰਗਤ ਦਾ ਸਤਿਕਾਰ ਕਰਦੇ ਰਹੇ ਵੱਡੇ ਵਡੇਰੇ, ਲੰਗਰਾਂ ਦੀ ਸੇਵਾ, ਦਾਲਾਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਦੁੱਧ ਦਹੀਂ, ਸੇਬ ਕੇਲੇ, ਹੋਰ ਵੀ ਕਈ ਤਰ੍ਹਾਂ ਦੇ ਫਲ ਆਦਿਕ ਸੰਗਤ ਦੇ ਸਤਿਕਾਰ ਵਿੱਚ ਭੇਟ ਕੀਤੇ ਜਾਂਦੇ ਰਹੇ। ਸੋ ਉਸੇ ਤਰ੍ਹਾਂ ਹੁਣ ਵੀ ਭੇਂਟ ਪਿੰਡ ਦੀ ਸੰਗਤ ਵੱਲੋਂ ਉਪਰਾਲਾ ਕੀਤਾ ਗਿਆ, ਜਿੱਥੇ ਸੰਗਤ ਦੇ ਸਤਿਕਾਰ ਵਾਸਤੇ ਲੰਗਰ ਲੱਗੇ ਹੋਏ ਹੈ, ਅਤੇ ਉੱਥੇ ਨਾਲ ਨਾਲ
ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਪ੍ਰਕਾਸ਼ ਨੇ ਸਤ ਸੰਗਤ ਜੀ ਅਤੇ ਨਾਲ ਨਾਲ ਰਾਤਰੀ ਦੇ ਦੀਵਾਨ ਦਾ ਸਮਾਂ ਸਤਿਗੁਰ ਦੀ ਕਿਰਪਾ ਨਾਲ ਆਪਾਂ ਨੂੰ ਪ੍ਰਾਪਤ ਹੋਇਆ। ਦੇਖੋ ਭਾਈ, ਯਾਤਰਾ ਦਾ ਹੁੰਦਾ ਬਹਾਨਾ। ਇਸ ਬਹਾਨੇ ਆਪਾਂ ਜੁੜਨਾ ਤਾਂ ਆਪਣੇ ਗੁਰੂ ਨਾਲ ਹੈ। ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਬਾਣੀ ਸੁਣਦੇ ਹਾਂ ਅਤੇ ਬਾਣੀ ਨੂੰ ਪਤਾ ਸਤਿਕਾਰ ਕਿੰਨਾ ਦਿੱਤਾ ਮਹਾਰਾਜ ਨੇ। ਪਾਤਸ਼ਾਹ ਕਹਿੰਦੇ ਨੇ ਵਾਹੋ ਵਾਹੋ, ਬਾਣੀ ਨਿਰੰਕਾਰ ਹੈ ਅਤੇ ਸਜੇਵਡ ਅਵਰ ਨਾ ਕੋਈ। ਕਹਿੰਦੇ ਜਿਹੜੀ ਬਾਣੀ ਪੜ੍ਹਦਾ ਸੁਣਦਾ ਇਹੀ ਨਿਰੰਕਾਰ ਹੈ। ਅਤੇ ਕਈ ਵੀਰ ਫਿਰ ਸਵਾਲ ਵੀ ਕਰਦੇ ਆ, ਜਦੋਂ ਬਾਣੀ ਹੀ ਨਿਰੰਕਾਰ ਹੈ, ਕਹਿੰਦੇ ਇੰਨੀ ਇੰਨੀ ਦੂਰ ਜਾਣ ਦਾ ਕੀ ਫਾਇਦਾ। ਪਰ ਉਹਨਾਂ ਨੂੰ ਦਾਸ ਨੇ ਬੜੀ ਵਾਰੀ ਬੇਨਤੀ ਕੀਤੀ ਹੈ ਵੀ ਜਦੋਂ ਵੀ ਕਿਤੇ ਯਾਤਰਾ ਜਾਈਦਾ, ਉੱਥੇ ਜਾ ਕੇ ਵੀ ਸਾਨੂੰ ਯਾਦ ਹੀ ਆਉਂਦੀ ਹੈ ਗੁਰੂਆਂ ਦੀ। ਹੁਣ ਡੇਰਾ ਸਾਹਿਬ ਜਾਂਦੇ ਹੋ, ਡੇਰਾ ਬਾਬਾ ਨਾਨਕ, ਉੱਥੇ ਜਾ ਕੇ ਜਦੋਂ ਗੁਰੂਆਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰੀਦੇ ਹੈ, ਗੁਰੂ ਨਾਨਕ ਸਾਹਿਬ ਦੇ ਚੋਲੇ ਦੇ ਦਰਸ਼ਨ ਕਰੀਦੇ ਹੈ, ਅਤੇ ਯਾਦ ਕਿਹਦੀ ਆਉਂਦੀ ਹੈ? ਗੁਰੂ ਨਾਨਕ ਦੀ। ਆਖੋ ਸਤਨਾਮ। ਅੰਮ੍ਰਿਤਸਰ ਸਾਹਿਬ ਜਾਈਦਾ ਦਰਸ਼ਨ ਕਰਨ ਹਰਿਮੰਦਰ ਸਾਹਿਬ, ਅਤੇ ਯਾਦ ਗੁਰੂ ਰਾਮਦਾਸ ਮਹਾਰਾਜ ਦੀ, ਗੁਰੂ ਅਰਜਨ ਦੇਵ ਜੀ ਦੀ ਜ਼ਰੂਰ ਆਉਂਦੀ ਹੈ। ਅਕਾਲ ਤਖਤ ਸਾਹਿਬ 'ਤੇ ਨਮਸਕਾਰ ਕਰੀਦੀ ਹੈ, ਚੇਤਾ ਜਾਂਦਾ ਵੀ ਇਹ ਸੱਚਾ ਅਕਾਲ ਦਾ ਤਖਤ ਸਾਡੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ। ਨਾਲ ਹੀ ਜਦੋਂ ਦੇਗ ਲੈ ਕੇ ਅਕਾਲ ਤਖਤ ਸਾਹਿਬ ਤੋਂ ਬਾਹਰ ਆਈਦਾ, ਸਾਹਮਣੇ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਥੱਲੇ ਭੋਰਾ ਵੀ ਬਣਿਆ, ਭੋਰਾ ਸਾਹਿਬ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਗੁਰੂ ਕੋ, ਚੇਤਾ ਆ ਜਾਂਦਾ। ਇਸੇ ਤਰ੍ਹਾਂ ਹਜ਼ੂਰ ਸਾਹਿਬ ਜਾਈਦਾ, ਸਾਨੂੰ ਆਪ ਮੁਹਾਰੇ ਯਾਦ ਆਉਂਦੀ ਹੈ ਕਿ ਇੱਥੇ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਖੀਰਲੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ। ਆਖੋ ਸਤਨਾਮ। ਹੇਮਕੁੰਡ ਸਾਹਿਬ ਜਾਈਦਾ, ਯਾਦ ਆਉਂਦਾ ਵੀ ਮਹਾਰਾਜ ਜੀ ਨੇ ਤਪੱਸਿਆ ਕੀਤੀ ਹੈ, ਤਪਸਥਾਨ। ਇੱਧਰ ਪਟਨਾ ਸਾਹਿਬ ਜਾਈਦਾ, ਸਤਿਗੁਰ ਦਾ ਬਚਪਨ ਚੇਤੇ ਆ ਜਾਂਦਾ। ਅਨੰਦਪੁਰ ਸਾਹਿਬ ਜਾਈਦਾ, ਯਾਦ ਆਉਂਦਾ ਵੀ ਇੱਥੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇੱਥੋਂ ਹੀ ਦੇਸ਼ ਕੌਮ ਦੀ ਰਾਖੀ ਖਾਤਰ ਗੁਰੂ ਤੇਗ ਬਹਾਦਰ ਜੀ ਨੂੰ ਆਪ ਤੋਰਿਆ ਸੀ ਗੁਰਮੁਖੋਂ। ਉਹ ਸਾਰਾ ਨਕਸ਼ਾ ਸਾਡੇ ਸਾਹਮਣੇ ਆਉਂਦਾ, ਇਸ ਕਰਕੇ ਯਾਤਰਾ ਜ਼ਰੂਰੀ ਹੈ ਗੁਰਮੁਖ। ਮੈਂ ਤਾਂ ਇਹੀ ਬੇਨਤੀ ਕਰੂੰਗਾ ਸਮੇਂ 'ਚੋਂ ਸਮਾਂ ਕੱਢ ਕੇ, ਕਿਉਂਕਿ ਕਬੀਲਦਾਰ ਬੈਠੇ ਹਾਂ, ਘਰ ਗ੍ਰਿਸਤੀ ਨੂੰ ਚਲਾਉਣ ਵਾਸਤੇ ਮਾਇਆ ਬਿਨਾਂ ਵੀ ਨਹੀਂ ਸਰਦਾ ਗੁਰਮੁਖ। ਘਰ ਬਾਰ ਦੀ ਵੀ ਲੋੜ ਹੈ, ਅਤੇ ਜਦੋਂ ਪਰਿਵਾਰਾਂ 'ਚ ਰਹਿਣਾ ਹੈ, ਹਰੇਕ ਨੂੰ ਇੱਛਾ ਹੁੰਦੀ ਆ ਸਾਡੇ ਧੀ ਪੁੱਤ ਵੀ ਹੋਣ ਗੁਰਮੁਖ, ਉਹ ਵੀ ਜ਼ਰੂਰੀ ਹੈ। ਅਤੇ ਗੁਰੂ ਨਾਨਕ ਦੇ ਮਹਾਰਾਜ ਨੇ ਤਾਂ ਕਿਹਾ ਹੀ ਇਹ ਹੈ, ਕਹਿੰਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ।
ਠੀਕ ਹੈ ਕਬੀਲਦਾਰੀਆਂ ਦੇ ਢਾਂਚੇ ਬਹੁਤ ਹੈ, ਪਰਿਵਾਰ ਨੂੰ ਸੌਖਾ ਰੱਖਣ ਵਾਸਤੇ ਹੁਣ ਤਾਂ ਦਿਨ ਰਾਤ ਮਿਹਨਤ ਕਰਨੀ ਪੈਣੀ ਹੈ, ਪਰ ਫਿਰ ਵੀ ਸਮੇਂ 'ਚੋਂ ਸਮਾਂ ਕੱਢ ਕੇ ਭਾਈ ਕਿਤੇ ਨਾ ਕਿਤੇ ਜ਼ਰੂਰ ਯਾਤਰਾ ਜਾਇਆ ਕਰੋ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਉੱਠ ਫਰੀਦਾ ਸੁੱਤਿਆ ਦੁਨੀਆ ਭਾਲਣ ਜਾ, ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਕਹਿੰਦੇ ਲੱਭ ਖੋਜ ਕਰ ਕੀ ਹੈ, ਕੋਈ ਰੱਬ ਦਾ ਬਖਸ਼ਿਆ ਹੋਇਆ ਮਿਲ ਜੇ ਤੈਨੂੰ ਵੀ ਬਖਸ਼ਵਾ ਦੇਵੇ। ਆਖੋ ਸਤਨਾਮ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 72 ਸਾਲ ਦੀ ਉਮਰ ਤੱਕ ਗੁਰਮੁਖੋ ਲੱਭਦੇ ਹੀ ਰਹੇ, ਕਿੱਥੋਂ ਸ਼ਾਂਤੀ ਮਿਲੇ, ਕਿੱਥੋਂ ਆਨੰਦ ਮਿਲੇ। ਆਖਿਰਕਾਰ ਘਰ ਵਿੱਚ ਇੱਕ ਪੋਤ ਨੂੰ ਆ ਗਈ ਗੁਰਮੁਖ, ਉਹਦੇ ਕੋਲੋਂ ਸੁਣੀ ਗੁਰੂ ਨਾਨਕ ਸਾਹਿਬ ਦੀ ਬਾਣੀ, ਫਿਰ ਗਏ ਸੀ ਗੁਰੂ ਅੰਗਦ ਦੇਵ ਜੀ ਦੇ ਸੇਵਾ ਵਿੱਚ। 12 ਸਾਲ ਕਮਾਈ ਸੇਵਾ, ਫਿਰ ਜਾ ਕੇ 84ਵੇਂ ਸਾਲ ਵਿੱਚ ਗੁਰਤਾ ਗੱਦੀ ਪ੍ਰਾਪਤ ਹੋ ਗਈ। ਆਖੋ ਸਤਨਾਮ। ਅਤੇ ਜੇ ਉਹ ਆਪਣੇ ਵਾਂਗੂ ਢੇਰੀ ਢਾ ਕੇ ਬਹਿ ਜਾਂਦੇ ਵੀ ਹੁਣ ਤਾਂ ਲੰਘ ਗਈ ਉਮਰ, 70-72 ਸਾਲ ਲੰਘ ਗਏ ਮਗਰ ਕੀ ਰਹਿ ਗਿਆ, ਕਿਉਂਕਿ 125 ਸਾਲ ਤਾਂ ਉਮਰ ਸੀ ਉਸ ਵੇਲੇ ਸਾਰੀ। ਢੇਰੀ ਢਾ ਕੇ ਬਹਿ ਜਾਂਦੇ ਫਿਰ ਆਹ ਸਤਿਕਾਰ ਨਹੀਂ ਸੀ ਹੋਣਾ ਜਿਹੜਾ ਹੁਣ ਹੋ ਰਿਹਾ। ਗੁਰੂ ਅੱਜ ਕਹਿੰਦੇ ਆ ਨਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਥਾਵਿਆਂ ਦੇ ਥਾਂ, ਇਹ 12 ਵਾਰ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਵੱਲੋਂ ਮਿਲੇ। ਆਖੋ ਸਤਨਾਮ। ਉਮਰ ਦਾ ਕੋਈ ਮਤਲਬ ਨਹੀਂ ਹੈ ਗੁਰੂ। ਇਸ ਕਰਕੇ ਇੱਥੇ ਹੀ ਬੇਨਤੀ ਕਰਦੇ ਹਾਂ, ਜੇ ਕਿਤੇ ਸੰਸਾਰੀ ਧੰਦਿਆਂ ਵਿੱਚ, ਕਬੀਲਦਾਰੀ ਦੇ ਢਾਂਚੇ ਵਿੱਚ, ਜਾਂ ਇਹ ਵੀ ਕਹਿ ਲਓ ਲੜਾਈਆਂ ਝਗੜਿਆਂ 'ਚ ਤੇਰੀ ਉਮਰ ਲੰਘ ਗਈ, ਹਜੇ ਵੀ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਇਹਨੂੰ ਧਰਮ ਦੇ ਲੇਖੇ ਲਾ ਲੈ। ਗੁਰੂ ਨਾਨਕ ਅੱਜ ਵੀ ਗੱਲ ਨਾ ਲਾ ਲੈਣਗੇ। ਆਖੋ ਸਤਨਾਮ। ਕਿਉਂਕਿ ਗੁਰੂ ਘਰ ਦਾ ਅਸੂਲ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਵੀ ਮਾਲਕ ਦੇ ਦਰ 'ਤੇ ਆਉਂਦਾ ਹੈ ਮੇਰੇ ਸਤਿਗੁਰ ਉਹਨੂੰ ਗੱਲ ਨਾ ਜ਼ਰੂਰ ਲਾਉਂਦੇ ਹੈ। ਇੱਥੇ ਤਾਂ ਕੌਡੇ ਰਾਕਸ਼ ਵਰਗੇ ਬਖਸ਼ੇ ਗਏ ਗੁਰਮੁਖੋ, ਸੱਜਣ ਠੱਗ ਵਰਗੇ ਜਿਨ੍ਹਾਂ ਨੇ ਸ਼ਰਾਮ ਬਣਾਈ, ਆਉਂਦੇ ਜਾਂਦੇ ਰਾਹੀ ਪਾਂਧੀ ਰਹਿੰਦੇ ਰਾਤ ਕੱਟਣ, ਇੱਕ ਪਾਸੇ ਮੰਦਰ ਬਣਾਇਆ ਹਿੰਦੂ ਆਉਣ, ਦੂਜੇ ਪਾਸੇ ਮਸੀਤ ਬਣਾਈ ਇੱਥੇ ਮੁਸਲਮਾਨ ਵੀ ਆਉਣ, ਅਤੇ ਆਇਆਂ ਨੂੰ ਖਾਣੇ 'ਚ ਮਿਲਾ ਦਿੰਦਾ ਜ਼ਹਿਰ, ਧਨ ਮਾਲ ਲੁੱਟਦਾ, ਇੱਜ਼ਤਾਂ ਵੀ ਲੁੱਟਦਾ। ਤੁਹਾਨੂੰ ਪਤਾ ਲੁਟੇਰੇ ਨੂੰ ਕਾਹਦੀ ਸ਼ਰਮ। ਗੁਰਮੁਖ ਉਹੇ ਜੇ 'ਤੇ ਵੀ ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਸੱਚਾ ਸੱਜਣ ਬਣਾਤਾ। ਆਖੋ ਸਤਨਾਮ। ਉਹੇ ਜੇ ਪਾਪ ਤਾਂ ਕੀਤੇ ਵੀ ਨਹੀਂ ਹੋਣੇ ਗੁਰਮੁਖੋ। ਬਸ ਆਪਣਾ ਗੁਰੂ ਮਹਾਨ ਹੈ, ਸਤਿਗੁਰੂ ਦੇ ਲੜ ਲੱਗ ਜੋ ਪਿਆਰਿਓ, ਮਹਾਰਾਜ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਆਖੋ ਸਤਨਾਮ। ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨਹੀਂ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨਹੀਂ।
ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੰਡਿਆ ਨੀ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੰਡਿਆ ਨੀ। ਮਿਲਦਾ ਮਾਨ ਨਿਮਾਣਿਆਂ ਨੂੰ, ਮਿਲਦਾ ਮਾਨ ਨਿਮਾਣਿਆਂ ਨੂੰ। ਮੇਰੇ ਮਾਲਕ ਦਾ ਦਰ ਤਾਂ ਇਹੋ ਜਿਹਾ ਪਿਆਰਿਓ, ਨਿਮਰਤਾ ਧਾਰ ਕੇ ਜਿਹੜਾ ਵੀ ਆਉਂਦਾ ਹੈ ਉਹ ਝੋਲੀਆਂ ਭਰ ਕੇ ਜਾਂਦਾ। ਆਖੋ ਸਤਨਾਮ। ਹੁਣ ਵੀ ਤੁਸੀਂ ਆਏ ਹੋ, ਪਤਾ ਤੁਹਾਨੂੰ ਮਹਾਰਾਜ ਨੇ ਕਿੰਨਾ ਸਤਿਕਾਰ ਦਿੱਤਾ। ਆ ਸੁਣ ਲਿਓ, ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਆਪਾਂ ਕਹਿੰਦੇ ਹਾਂ ਵੀ ਫਲਾਣੇ ਨੇ ਭਗਤੀ ਕੀਤੀ, ਬਹੁਤ ਵੱਡਾ ਭਗਤ ਹੈ। ਮਹਾਰਾਜ ਕਹਿੰਦੇ ਠੀਕ ਹੈ, ਉਹ ਵੀ ਧੰਨ ਹੈ ਜੋ ਆਪਣੇ ਮੁਖ ਤੋਂ ਮਹਾਰਾਜ ਦਾ ਨਾਮ ਜਪਦਾ ਅਤੇ ਜਪਾਉਂਦਾ, ਉਹ ਵੀ ਧੰਨ ਹੈ। ਧੰਨ ਧੰਨ ਭਾਗ ਤਿੰਨਾਂ ਸੰਤ ਜਨਾਂ ਜੋ ਹਰ ਜਸ ਸ੍ਰਵਣੀ ਸੁਣਦੇ ਆ। ਮਹਾਰਾਜ ਕਹਿੰਦੇ ਧੰਨ ਨੇ ਭਾਗ ਉਹਨਾਂ ਸੰਤ ਜਨਾਂ ਦੇ ਜਿਹੜੇ ਸਿਮਰਨ ਕਰਦੇ ਵੀ ਹੈ ਅਤੇ ਪਰਮਾਤਮਾ ਦਾ ਜਸ ਕੰਨਾਂ ਨਾਲ ਸੁਣਦੇ ਵੀ ਹੈ, ਉਹ ਵੀ ਵੱਡੇ ਭਾਗਾਂ ਵਾਲੇ ਹੈ। ਅੱਗੇ ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾਂ ਸਾਧ ਜਨਾਂ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਕਹਿੰਦੇ ਸਾਧੂ ਸੰਤਾਂ ਦੇ ਵੀ ਭਾਗ ਵੱਡੇ ਨੇ ਜਿਹੜੇ ਪਰਮਾਤਮਾ ਦਾ ਕੀਰਤਨ ਕਰਦੇ ਕਰਦੇ ਆਪ ਵੀ ਗੁਣਾਂ ਦੇ ਸਾਗਰ ਬਣ ਜਾਂਦੇ ਆ। ਆਖੋ ਸਤਨਾਮ। ਕਿਉਂਕਿ ਹੁਣ ਜਿਹੜਾ ਵੀ ਕੀਰਤਨੀ ਹੈ ਉਹ ਰੱਬ ਦੀ ਗੱਲ ਸੁਣਾਊਗਾ ਅਤੇ ਤੁਹਾਨੂੰ ਸੁਣਾਉਣ ਵਾਸਤੇ ਪੜ੍ਹਨੀ ਪਊ ਜਾਂ ਸੁਣਨੀ ਪਊ, ਅਤੇ ਜਿਹੜੀ ਗੱਲ ਆਪਾਂ ਪੜ੍ਹਾਂਗੇ ਸੁਣਾਂਗੇ ਉਹ ਸਾਡੇ ਅੰਦਰ ਵੀ ਲਿਖੀ ਹੋਈ ਜਾਂਦੀ ਹੈ, ਭੁੱਲਦਾ ਨਹੀਂ ਨਾ ਚੇਤਾ ਗੁਰਮੁਖ। ਮਹਾਰਾਜ ਕਹਿੰਦੇ ਉਹ ਸਾਧੂ ਜਨ ਵੀ ਧੰਨ ਨੇ ਵੱਡੇ ਭਾਗ ਜਿਹੜੇ ਪਰਮਾਤਮਾ ਦਾ ਕੀਰਤਨ ਗਾਉਂਦੇ ਗਾਉਂਦੇ ਗੁਣਿਆਂ ਦੇ ਗਹੀਰ ਬਣ ਜਾਂਦੇ ਹੈ, ਗੁਣੀ ਬਣ ਜਾਂਦੇ ਹੈ। ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤੇ ਆ। ਕਹਿੰਦੇ ਉਹਨਾਂ ਗੁਰਮੁਖਾਂ ਦੇ ਵੀ ਭਾਗ ਚੰਗੇ। ਗੁਰਮੁਖ ਪਤਾ ਕੌਣ ਹੈ? ਜਿਹਨੇ ਆਪਣਾ ਮੁੱਖ ਗੁਰੂ ਵੱਲ ਕਰ ਲਿਆ ਹੋਵੇ, ਜਿਹਦਾ ਮੁੱਖ ਗੁਰੂ ਵੱਲ ਹੋ ਗਿਆ ਅਤੇ ਗੁਰ ਸਿੱਖ ਲੈ ਭਾਵ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲਿਆ। ਆਖੋ ਸਤਨਾਮ। ਜਿੱਤੇ ਆਪਾਂ ਉਸੇ ਨੂੰ ਕਹਾਂਗੇ ਨਾ ਜਿਹਨੂੰ ਅਸੀਂ ਕਾਬੂ ਕਰ ਲਈਏ ਵੀ ਕੰਟਰੋਲ ਕਰ ਲਿਆ, ਮੈਂ ਫਲਾਣਾ ਜਿੱਤ ਲਿਆ। ਪਿਆਰੇ ਉਹ ਮਨ ਬਹੁਤ ਕੁਛ ਚਾਹੁੰਦਾ, ਕਈ ਵਾਰੀ ਗਲਤ ਸੋਚਾਂ ਵੀ ਸੋਚ ਜਾਂਦਾ ਹੈ, ਅਤੇ ਜਿਹੜੇ ਆਪਣੇ ਮਨ ਨੂੰ ਉੱਥੋਂ ਮਾੜੀਆਂ ਸੋਚਾਂ ਤੋਂ ਰੋਕ ਕੇ
ਚੰਗੇ ਕੰਮ ਕਰਨ ਵੀ ਗੁਰੂ ਦੀ ਸਿੱਖਿਆ ਆ ਹੈ ਮਨਾ ਮੈਂ ਤੇਰੀ ਨਹੀਂ ਸੁਣਨੀ, ਉਹਨਾਂ ਵਾਸਤੇ ਲਿਖਿਆ। ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਧੰਨ ਜੋ ਗੁਰ ਸਿੱਖ ਲੈ, ਜੋ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਆ। ਸਾਰਿਆਂ ਦਾ ਜ਼ਿਕਰ ਕੀਤਾ ਨਾ, ਪਰ ਉਦੋਂ ਵੱਡੇ ਭਾਗ ਦੱਸੇ ਨੇ ਗੁਰਸਿੱਖਾਂ ਦੇ, ਸੰਗਤ ਦੇ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇਹਨਾਂ ਸਾਰਿਆਂ ਨਾਲੋਂ ਕਹਿੰਦੇ ਵੱਡੇ ਭਾਗ ਆ ਗੁਰਸਿੱਖਾਂ ਦੇ ਜਿਹੜੇ ਗੁਰੂ ਦੀ ਚਰਨੀ ਜਾ ਕੇ ਪੈ ਜਾਣ, ਆਖੋ ਸਤਨਾਮ। ਦੇਖੋ ਕਿੰਨਾ ਸਤਿਕਾਰ ਦਿੱਤਾ ਹੈ। ਅਤੇ ਆਪਾਂ ਹੁਣ ਆਏ ਹਾਂ, ਜਿੰਨਾ ਕੁ ਸਮਾਂ ਆਪਣੇ ਕੋਲ ਹੈ, ਇਹ ਵੀ ਇੱਕ ਭਗਤੀ ਬਣ ਜੇ ਗੁਰਮੁਖ। ਦੇਖੋ ਰੱਬ ਦੇ ਗੁਣ ਗਾਉਣੇ ਭਗਤੀ ਹੈ, ਪਰ ਰੱਬ ਦੇ ਗੁਣ ਗਾਉਣ ਵਾਲੇ ਨਾਲੋਂ ਤਿੰਨ ਗੁਣਾ ਵੱਧ ਸਤਿਕਾਰ ਕੀਤਾ ਮਹਾਰਾਜ ਨੇ ਸੁਣਨ ਵਾਲੇ ਦਾ। ਸਰਵਣ ਭਗਤੀ ਵੱਡੀ ਹੈ। ਸੋ ਬੜੇ ਪਿਆਰ ਨਾਲ ਬੈਠ ਕੇ ਸੁਣ ਰਹੇ ਹੋ, ਆਓ ਗੁਰੂ ਕਾ ਪਾਵਨ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ, ਜਿਹਦੇ ਸੰਬੰਧ ਵਿੱਚ ਅੱਜ ਦਾ ਪ੍ਰੋਗਰਾਮ ਹੈ ਆਪਣਾ। ਉਹੀ ਵਿਚਾਰ ਸੰਗਤ ਦਾ ਹੁਕਮ ਸੀ ਵੀ ਸੰਗਤ ਨਾਲ ਸਾਂਝੀ ਕਰੀਏ। ਆਓ ਸੁਰਤੀ ਦੁਆਰਾ ਆਪਾਂ ਚੱਲੀਏ, ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰੀਏ। ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਮਾਤਾ ਤ੍ਰਿਪਤਾ ਦੇ ਰਾਜ ਦੁਲਾਰੇ ਦੀ, ਮਾਤਾ ਤ੍ਰਿਪਤਾ ਦੇ ਰਾਜ ਦੁਲਾਰੇ ਦੀ, ਸਿਰ ਉੱਚਾ ਮਾਨ ਨਾਲ ਹੋ ਜਾਵੇ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਜਿਹੜਾ ਅੰਦਰੋਂ ਆਵਾਜ਼ਾਂ ਮਾਰਦਾ, ਅੰਦਰੋਂ ਆਵਾਜ਼ਾਂ ਮਾਰਦਾ, ਸਤਿਗੁਰ ਸਾਹਮਣੇ ਆਣ ਖਲੋ ਜਾਵੇ, ਜਿਹੜਾ ਅੰਦਰੋਂ ਆਵਾਜ਼ਾਂ ਮਾਰਦਾ, ਅੰਦਰੋਂ ਆਵਾਜ਼ਾਂ ਮਾਰਦਾ, ਜਿਹੜਾ ਅੰਦਰੋਂ ਆਵਾਜ਼ਾਂ ਮਾਰਦਾ, ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਅੰਦਰੋਂ ਆਵਾਜ਼ ਮਾਰਦਾ ਮੇਰੇ ਸਤਿਗੁਰ, ਉਹਨੂੰ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਆ, ਸਾਹਮਣੇ ਖਲੋਂਦੇ ਨੇ। ਜਿਹਦੇ ਸੰਬੰਧ 'ਚ ਆਪਣਾ ਪ੍ਰੋਗਰਾਮ ਹੈ, ਡੇਰਾ ਬਾਬਾ ਨਾਨਕ
ਇਹ ਉਹ ਸਥਾਨ ਹੈ ਜਿਹੜਾ ਭਾਰਤ ਔਰ ਪਾਕਿਸਤਾਨ ਦੀ ਹੱਦ 'ਤੇ ਬਣਿਆ ਹੋਇਆ ਗੁਰਮੁਖ। ਹੁਣ ਪੈ ਗਈਆਂ ਵੰਡੀਆਂ, ਪਰ ਪਹਿਲਾਂ ਸਾਰਾ ਇਲਾਕਾ ਇੱਕੋ ਹੀ ਹੁੰਦਾ ਸੀ। ਸਾਰਾ ਇਲਾਕਾ ਪਹਿਲਾਂ ਪਿਆਰਿਓ ਇੱਕੋ ਹੀ ਹੁੰਦਾ ਸੀ, ਇਹ ਚੜ੍ਹਦਾ ਲਹਿੰਦਾ ਪੰਜਾਬ ਵੀ ਹੁੰਦਾ ਸੀ। ਇਸ ਜਗ੍ਹਾ ਦਾ ਸੰਬੰਧ ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਦੇ ਨਾਲ ਹੈ। ਵੈਸੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ, ਤਹਿਸੀਲ ਹੈ ਬਟਾਲਾ ਗੁਰਮੁਖ। ਆ ਗੁਰਦਾਸਪੁਰ ਤੋਂ ਐਨ 37 ਕਿਲੋਮੀਟਰ ਹੈ ਪੂਰਾ, ਰਾਵੀ ਦੇ ਕੰਢੇ 'ਤੇ ਬਣਿਆ ਹੋਇਆ। ਇਹ ਬਣਨ ਦਾ ਕਾਰਨ ਕੀ ਸੀ? ਧੰਨ ਗੁਰੂ ਨਾਨਕ ਦੇ ਮਹਾਰਾਜ ਜਦੋਂ ਸੰਸਾਰ ਵਿੱਚ ਆ ਕੇ ਪ੍ਰਗਟ ਹੋਏ, ਧਿਆਨ ਧਰ ਕੇ ਵੇਖਿਆ ਇਹ ਜਿਹੜੀ ਸੰਸਾਰੀ ਲੁਕਾਈ ਸੀ ਨਾ, ਦੁਨੀਆ ਕਹਿ ਲਓ, ਇਹਦੇ ਵਿੱਚ ਗੁਰਮੁਖੋ ਧਰਮਾਂ ਦੇ ਨਾਂ 'ਤੇ ਵੰਡੀਆਂ ਪਾਈਆਂ ਗਈਆਂ ਸੀ। ਜਾਤ ਪਾਤ ਵਿੱਚ ਲੋਕਾਂ ਨੂੰ ਵੰਡਿਆ, ਕੋਈ ਹਿੰਦੂ ਬਣ ਗਿਆ, ਕੋਈ ਮੁਸਲਿਮ ਬਣ ਗਿਆ, ਅਤੇ ਇੱਕ ਦੂਜੇ ਨੂੰ ਦਬਾਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਸੀ। ਕੁਛ ਕੁ ਸਾਧੂ ਸੰਤ ਮਹਾਤਮਾ ਐਸੇ ਹੋਏ ਗੁਰੂ ਨਾਨਕ ਤੋਂ ਪਹਿਲਾਂ ਵੀ, ਜਿਨ੍ਹਾਂ ਨੇ ਸੱਚਾ ਉਪਦੇਸ਼ ਸੰਸਾਰ ਨੂੰ ਵੰਡਿਆ, ਜਿਵੇਂ ਨਾਮਦੇਵ ਜੀ ਮਹਾਰਾਜ, ਰਵਿਦਾਸ ਜੀ ਮਹਾਰਾਜ, ਕਬੀਰ ਜੀ ਮਹਾਰਾਜ, ਇਹ ਮਹਾਂਪੁਰਖਾਂ ਨੇ ਨਾਮ ਦਾ ਸਿੱਟਾ ਦੇ ਕੇ ਸੰਸਾਰ ਦਾ ਭਲਾ ਕੀਤਾ, ਪਰ ਇਹਨਾਂ ਨੂੰ ਵੀ ਕਈ ਰਾਜੇ ਮਹਾਰਾਜੇ ਦੁੱਖ ਦਿੰਦੇ ਰਹੇ। ਗੁਰੂ ਨਾਨਕ ਰੂਪ ਵਿੱਚ ਫਿਰ ਆਪ ਹੀ ਨਿਰੰਕਾਰ ਪ੍ਰਗਟ ਹੋਇਆ ਅੱਗੇ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਗੁਰੂ ਨਾਨਕ ਦੇ ਮਹਾਰਾਜ ਨੇ ਧਿਆਨ ਲਾ ਕੇ ਵੇਖਿਆ ਨਾ, ਸਾਰਾ ਸੰਸਾਰ ਸੜਦਾ ਬਲਦਾ ਨਜ਼ਰ ਆਇਆ, ਫਿਰ ਮੇਰੇ ਸਤਿਗੁਰ ਨੇ ਸੰਸਾਰ ਦੇ ਭਲੇ ਵਾਸਤੇ 4 ਉਦਾਸੀਆਂ ਕੀਤੀਆਂ। ਇਹ 4 ਯਾਤਰਾਵਾਂ ਸੀ। ਪਹਿਲੀ ਉਦਾਸੀ ਸੁਲਤਾਨਪੁਰ ਸਾਹਿਬ ਤੋਂ ਸ਼ੁਰੂ ਕੀਤੀ ਸੀ, ਸੰਸਾਰ ਦਾ ਭਲਾ ਕੀਤਾ, ਦੂਰ ਦੂਰ ਤੱਕ ਜਾ ਕੇ ਸਿੱਧਾਂ ਨਾਥਾਂ ਯੋਗੀਆਂ ਨੂੰ ਵੀ ਮਿਲੇ, ਉਹਨਾਂ ਨੂੰ ਵੀ ਦੱਸਿਆ ਕਿ ਭਾਈ ਜੇ ਤੁਹਾਡੇ ਕੋਲ ਗਿਆਨ ਹੈਗਾ, ਕੋਈ ਸ਼ਕਤੀ ਹੈਗੀ ਆ, ਪਹਾੜਾਂ 'ਚ ਲੋਕੇ ਨਾ ਬੈਠੋ, ਇਹਦੇ ਨਾਲ ਸੰਸਾਰ ਦਾ ਭਲਾ ਕਰੋ ਕੁਛ। ਰਾਜੇ ਮਹਾਰਾਜਿਆਂ ਨੂੰ ਵੀ ਮਿਲੇ, ਕਹਿੰਦੇ ਤੁਸੀਂ ਸਹੀ ਪਰਜਾ ਨੂੰ ਨਿਆਂ ਕਰਿਆ ਕਰੋ, ਦੁਨੀਆਂ ਦਾ ਭਲਾ ਹੋ ਸਕੇ। ਇਸ ਤਰ੍ਹਾਂ ਚੱਲਦੇ ਚੱਲਦੇ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇ ਮਹਾਰਾਜ ਇੱਥੇ ਆਏ ਸੀ ਰਾਵੀ ਦੇ ਕੰਢੇ 'ਤੇ। ਉਦੋਂ ਨਗਰ ਨਹੀਂ ਸੀ ਵਸਿਆ, ਹੁਣ ਤਾਂ ਦੇਖੋ ਰਾਵੀ ਦੇ ਉਰਲੇ ਪਾਸੇ ਡੇਰਾ ਬਾਬਾ ਨਾਨਕ ਹੈ, ਪਰਲੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਹੈ। ਉਦੋਂ ਨਹੀਂ ਸੀ ਵੰਡ ਹੋਈ ਗੁਰਮੁਖ, ਇਹ ਰਾਵੀ ਦੇ ਕਿਨਾਰੇ ਆ ਕੇ ਸਤਿਗੁਰ ਬੈਠੇ, ਕਿਉਂਕਿ ਇੱਥੇ ਅਜਿੱਤੇ ਰੰਧਾਵੇ ਦੀ ਜ਼ਮੀਨ ਸੀ ਬਹੁਤ। ਗੁਰਮੁਖੋ ਅਜਿੱਤੇ ਰੰਧਾਵੇ ਨੇ ਖੂਹ ਲਾਇਆ ਸੀ, ਅਤੇ ਸਾਧੂਆਂ ਸੰਤਾਂ ਦੀ ਸੰਗਤ ਕਰਦਾ ਹੁੰਦਾ ਮਨ ਵਿੱਚ ਸ਼ਰਧਾ ਆ ਗਈ, ਮੈਂ ਆਉਣ ਜਾਣ ਵਾਲਿਆਂ ਨੂੰ ਜਲ ਪਾਣੀ ਛਕਾਇਆ ਕਰੂੰ। ਖੂਹ ਦੇ ਉੱਤੇ ਇੱਕ ਤਖਤ ਪੋਸ਼ ਵੀ ਰੱਖ ਲਿਆ,
ਅਤੇ ਉਸ ਤਖ਼ਤ ਪੋਸ਼ ਦੇ ਉੱਪਰ ਸਾਧੂ ਸੰਤ ਮਹਾਤਮਾ ਨੂੰ ਬਿਠਾ ਕੇ ਸੇਵਾ ਕਰਦਾ ਅਤੇ ਉਹਨਾਂ ਦੇ ਬਚਨ ਵਿਲਾਸ ਵੀ ਸੁਣਦਾ ਹੁੰਦਾ। ਅਜਿੱਤੇ ਰੰਧਾਵੇ ਨੇ ਆਪਣੀ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਜੀ ਦੇ ਸਹੁਰਾ ਮੂਲ ਚੰਦ ਨੂੰ ਇੱਥੇ ਲਿਆਂਦਾ ਸੀ, ਉਹ ਪਟਵਾਰੀ ਸੀ ਇੱਥੇ। ਹੁਣ ਜਦੋਂ ਇਹਨਾਂ ਨੂੰ ਲਿਆਂਦਾ, ਇਹਨਾਂ ਦੇ ਨਾਲ ਫਿਰ ਇਹਨਾਂ ਦਾ ਪਰਿਵਾਰ ਵੀ ਆਇਆ ਹੋਇਆ ਸੀ। ਦੇਖੋ ਗੁਰੂ ਨਾਨਕ ਸਾਹਿਬ ਨੇ ਤਾਂ ਕੀਤੀ ਦੁਨੀਆ ਦੀ ਯਾਤਰਾ, ਉਦੋਂ ਫਿਰ ਗੁਰੂ ਨਾਨਕ ਜੀ ਦੀ ਧਰਮ ਸੁਪਤਨੀ ਮਾਤਾ ਸੁਲੱਖਣੀ ਲਖਮੀ ਦਾਸ ਜੀ ਨੂੰ ਲੈ ਕੇ ਆਪਣੇ ਪਿਤਾ ਜੀ ਕੋਲ ਰਹੀ ਹੈ, ਆਖੋ ਸਤਨਾਮ, ਇਹਨਾਂ ਕੋਲ ਰਹੀ ਹੈ। ਬਾਬਾ ਸ੍ਰੀ ਚੰਦਰ ਜੀ ਮਹਾਂਪੁਰਖ ਜਿਹੜੇ ਹੋਏ, ਇਹਨਾਂ ਨੇ ਜ਼ਿਆਦਾਤਰ ਸਮਾਂ ਆਪਣੀ ਭੂਆ ਜੀ ਕੋਲ, ਭੈਣ ਨਾਨਕੀ ਕੋਲ ਬਿਤਾਇਆ। ਗੁਰਮੁਖ ਲਖਮੀ ਦਾਸ ਮਾਤਾ ਸੁਲੱਖਣੀ ਦੇ ਨਾਲ ਹੁੰਦੇ ਸੀ। ਚੌਥੀ ਉਦਾਸੀ ਵੇਲੇ ਗੁਰੂ ਨਾਨਕ ਦੇ ਮਹਾਰਾਜ ਇੱਥੇ ਆਏ ਅਤੇ ਜਿਹੜਾ ਅਜਿੱਤਾ ਰੰਧਾਵਾ ਸੀ ਉਹਦੇ ਖੂਹ 'ਤੇ ਆ ਕੇ ਤਖ਼ਤ ਪੋਸ਼ 'ਤੇ ਬਹਿ ਗਏ ਗੁਰਮੁਖ। ਉਹਨੇ ਜਲ ਪਾਣੀ ਛਕਾਇਆ, ਸੇਵਾ ਕੀਤੀ, ਬਚਨ ਬਿਲਾਸ ਸ਼ੁਰੂ ਹੋ ਗਏ। ਐਸਾ ਪਿਆਰ ਬਣ ਗਿਆ, ਅਜਿੱਤਾ ਰੰਧਾਵਾ ਕਹਿੰਦਾ ਜੀ ਤੁਸੀਂ ਇੱਥੇ ਹੀ ਰਹੋ, ਆਪਣੇ ਪਰਿਵਾਰ ਨੂੰ ਵੀ ਮਿਲੇ। ਮਹਾਰਾਜ ਕੁਛ ਟਾਈਮ ਇੱਥੇ ਰਹੇ ਗੁਰਮੁਖ। ਇੱਕ ਦਿਨ ਰਾਵੀ ਟੱਪ ਗਏ, ਰਾਵੀ ਦੇ ਪਰਲੇ ਪਾਸੇ ਕੀਰਤਨ ਕੀਤਾ, ਤਿੰਨ ਦਿਨ ਸਮਾਧੀ ਲਾ ਕੇ ਬੈਠੇ ਰਹੇ। ਇੱਥੇ ਭਾਈ ਦੋਧਾ ਹੋਇਆ ਇੱਕ ਜ਼ਿਮੀਂਦਾਰ, ਉਹਦੇ ਘਰ ਵਾਲੀ ਨੇ ਸੁਣੀ ਗੁਰੂ ਨਾਨਕ ਪਾਤਸ਼ਾਹ ਤੋਂ ਬਾਣੀ ਰੱਬੀ ਕੀਰਤਨ, ਅਤੇ ਉਹਦੀ ਸ਼ਰਧਾ ਬਣ ਗਈ ਸੀ। ਉਹ ਮਹਾਰਾਜ ਵਾਸਤੇ ਦੁੱਧ ਲੈ ਕੇ ਆਇਆ ਕਰੇ, ਆਖੋ ਸਤਨਾਮ। ਇੱਕ ਦਿਨ ਦੋਧੇ ਨੂੰ ਉਹਦੇ ਗੁਆਂਢੀਆਂ ਨੇ ਚੱਕ ਦਿੱਤੀ, ਕਹਿੰਦੇ ਦੋਧਿਆ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਕਿਤੇ ਘਰ ਦੀ ਵੀ ਸਾਰ ਲੈ ਲਿਆ ਕਰ, ਤੁਸੀਂ ਗ੍ਰਿਸ਼ਤੀ ਬੈਠੇ ਹੋ, ਤੁਹਾਨੂੰ ਪਤਾ ਹੀ ਆ ਦੁਨੀਆ ਦਾ। ਆਰੇ ਦੇ ਤਾਂ ਕਹਿੰਦੇ ਇੱਕ ਜਾਂ ਦੋ ਪਾਸੇ ਦੰਦੇ ਹੁੰਦੇ ਆ, ਦੁਨੀਆ ਦੇ ਤਾਂ ਚਾਰੇ ਪਾਸੇ ਦੰਦੇ ਆ ਗੁਰਮੁਖ। ਉਹ ਭਾਈ ਦੋਧੇ ਨੂੰ ਪੁੱਠੀ ਪੜ੍ਹਾਤੀ, ਕਹਿੰਦੇ ਤੇਰੇ ਘਰ ਵਾਲੀ ਤੈਨੂੰ ਰੋਟੀ ਖਵਾਉਣ ਜਦੋਂ ਜਾਂਦੀ ਹੈ, ਉਦੋਂ ਬਾਅਦ ਕਿਸੇ ਸਾਧਾ ਕੋਲ ਵੀ ਦੁੱਧ ਲੈ ਕੇ ਜਾਂਦੀ ਹੈ, ਕਿਤੇ ਖਬਰ ਲੈ ਲਿਆ ਕਰ। ਅਤੇ ਭਾਈ ਦੋਧਾ ਆਪਣੇ ਅਰਗਾ ਨਹੀਂ ਸੀ ਵੀ ਮਾੜੀ ਜੀ ਕਿਸੇ ਦੀ ਸੁਣੀ ਅਤੇ ਘਰੇ ਕਲੇਸ਼ ਪਾ ਲਿਆ ਗੁਰਮੁਖ। ਉਹ ਕਹਿੰਦਾ ਵੀ ਠੀਕ ਹੈ, ਤੁਸੀਂ ਕਹਿੰਦੇ ਹੋ, ਮੈਂ ਪਹਿਲਾਂ ਪਛਾਣ ਕਰੂੰਗਾ, ਅੱਖੀ ਦੇਖੇ ਬਿਨਾਂ ਕੰਨੀ ਸੁਣੇ ਬਿਨਾਂ ਮੈਂ ਫੈਸਲਾ ਨਹੀਂ ਲੈ ਸਕਦਾ। ਇੱਕ ਦਿਨ ਘਰ ਵਾਲੀ ਜਦੋਂ ਰੋਟੀ ਖਵਾ ਕੇ ਮੁੜਨ ਲੱਗੀ ਤੇ ਭਾਈ ਦੋਧੇ ਨੇ ਮੋਢੇ ਤੇ ਧਰ ਲਈ ਡਾਂਗ, ਮੰਗਰੀ ਚੱਲ ਪਿਆ ਗੁਰਮੁਖ। ਛੁਪਦਾ ਛਪਾਉਂਦਾ ਗਿਆ, ਹੁਣ ਉਹ ਬੀਬੀ ਨੂੰ ਕੀ ਪਤਾ ਸੀ, ਉਹ ਪਹਿਲਾਂ ਦੀ ਤਰ੍ਹਾਂ ਗਈ ਜਾ ਕੇ ਗੁਰਮੁਖ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਨੂੰ ਦੁੱਧ ਛਕਾਉਣ ਲੱਗੀ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਬੀਬਾ ਅੱਗੇ ਤਾਂ ਚਾਰ ਵਰਤਨਾਂ 'ਚ ਦੁੱਧ ਪਾਈਦਾ, ਅੱਜ ਪੰਜ 'ਚ ਪਾ ਲੈ। ਕਹਿੰਦੀ ਜੀ ਆਪਾਂ ਤਾਂ ਚਾਰ ਹੀ ਜਾਣੇ ਹਾਂ, ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ, ਚੌਥੀ ਬੀਬੀ।
ਕਿਉਂਕਿ ਪਹਿਲਾਂ ਵੀ ਆਉਂਦੀ ਸੀ। ਇਹ ਪੰਜਵਾਂ ਵੰਡਾ ਕਿਹਦਾ? ਮਹਾਰਾਜ ਕਹਿੰਦੇ ਅੱਜ ਤੇਰੇ ਘਰ ਵਾਲਾ ਵੀ ਤੇਰੇ ਮੰਗਰ ਆਇਆ। ਕਹਿੰਦੀ ਜੀ ਕਿੱਥੇ ਆ? ਉਹ ਤਾਂ ਖੇਤਾਂ 'ਚ ਕੰਮ ਕਰਦਾ। ਸਤਿਗੁਰ ਕਹਿੰਦੇ ਉਹ ਝਾੜੀ ਓਹਲੇ ਲੁਕਿਆ ਬੈਠਾ। ਅਤੇ ਜਦੋਂ ਗਈ ਜਾ ਕੇ ਵੇਖਿਆ ਝਾੜੀ ਓਹਲੇ ਲੁਕਿਆ ਬੈਠਾ। ਘਰ ਵਾਲੀ ਕਹਿੰਦੀ ਕਰਮਾਂ ਦਿਆ ਮਾਰਿਆ ਨਿਰੰਕਾਰ ਦੇ ਦਰਸ਼ਨ ਕਰਨ ਆਇਆ ਅਤੇ ਛੁਪ ਕੇ ਬਹਿ ਗਿਆ, ਆ ਜਾ ਹੁਣ ਸ਼ਰਮ ਮੰਨ ਗਿਆ। ਕਹਿੰਦਾ ਮਾਫ਼ ਕਰੀ, ਮੈਂ ਤਾਂ ਲੋਕਾਂ ਦੀਆਂ ਸੁਣ ਕੇ ਤੇਰੇ 'ਤੇ ਸ਼ੱਕ ਕੀਤਾ, ਤੂੰ ਹੀ ਵਗ ਜਾ ਹੁਣ, ਮੈਂ ਨਹੀਂ ਮੱਥੇ ਲੱਗਣਾ। ਗੁਰੂ ਨਾਨਕ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਦੋਧਿਆ, ਆ ਜਾ, ਇਹ ਕੋਈ ਮਾੜਾ ਦਰ ਨਹੀਂ ਹੈਗਾ। ਬਸ ਬਾਜਕਾਰੀ ਮਾਰੀ ਗੁਰਮੁਖ ਪਿਆਰਿਓ, ਲਓ ਬੋਲਿਓ ਸਾਰੀ ਸੰਗਤ। ਬਾਜ ਮਾਰ ਕੇ ਬੁਲਾਇਆ ਸਤਿਗੁਰ ਨਾਨਕ ਨੇ, ਸੁੱਤੇ ਹੋਏ ਭਾਗ ਜਾਗ ਪਏ। ਬਾਜ ਮਾਰ ਕੇ ਬੁਲਾਇਆ ਸਤਿਗੁਰ ਨਾਨਕ ਨੇ, ਸੁੱਤੇ ਹੋਏ ਭਾਗ ਜਾਗ ਪਏ। ਬੁਲਾਇਆ ਸਤਿਗੁਰ ਨਾਨਕ ਨੇ, ਸੁੱਤੇ ਹੋਏ ਬਾਜ ਮਾਰ ਕੇ ਬੁਲਾਇਆ ਸਤਿਗੁਰ ਨਾਨਕ ਨੇ, ਸੁੱਤੇ ਹੋਏ ਭਾਗ ਜਾਗ ਪਏ। ਫਿਰ ਭਾਈ ਦੋਧਾ ਆਇਆ, ਆ ਕੇ ਸਤਿਗੁਰ ਨੂੰ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਤੂੰ ਵੀ ਦੁੱਧ ਛਕ ਲੈ। ਕਹਿੰਦਾ ਜੀ ਤੁਸੀਂ ਹੀ ਛਕ ਲਓ, ਇਸ ਤਾਂ ਰੋਜ਼ ਹੀ ਪੀਂਦੇ ਹਾਂ। ਕਹਿੰਦਾ ਮਹਾਰਾਜ ਕਹਿੰਦੇ ਨਹੀਂ ਤੂੰ ਵੀ ਛਕ, ਆਪਣਾ ਤਾਂ ਅਸੂਲ ਹੈ ਵੰਡ ਕੇ ਛਕਣਾ। ਇਹ ਕਹਿੰਦਾ ਜੀ ਸਾਡੇ ਹੀ ਘਰੋਂ ਆਇਆ, ਤੁਸੀਂ ਛਕ ਲਓ। ਕਹਿੰਦਾ ਅਸੀਂ ਤਾਂ ਰੋਜ਼ ਹੀ ਪੀਂਦੇ ਹਾਂ। ਗੱਲਾਂ ਇਹ ਕਰੇ ਜਿਵੇਂ ਸਤਿਗੁਰ ਨੇ ਕਿਤੇ ਦੁੱਧ ਹੀ ਨਹੀਂ ਦੇਖਿਆ ਹੁੰਦਾ। ਮਹਾਰਾਜ ਕਹਿੰਦੇ ਦੁੱਧ ਤੇਰਾ ਮੇਰਾ ਨਹੀਂ, ਇਹ ਤਾਂ ਕਰਤਾਰ ਦੀ ਕਿਰਪਾ, ਕਰਤਾਰ ਦਾ। ਇਹਨੂੰ ਸਮਝ ਨਾ ਆਈ, ਮਹਾਰਾਜ ਤਾਂ ਕਰਦੇ ਸੀ ਰੱਬ ਦੀ ਗੱਲ, ਇਹਦਾ ਗੁਆਂਢੀ ਸੀ ਕਰਤਾਰਾ। ਇਹ ਸਮਝ ਗਿਆ ਵੀ ਉਹਨਾਂ ਦਾ। ਕਹਿੰਦਾ ਤੁਹਾਨੂੰ ਕੀ ਪਤਾ, ਉਹਨਾਂ ਦੇ ਤਾਂ ਮੈਂਸ ਹੀ ਹੈ ਨਹੀਂ, ਉਹਨਾਂ ਦਾ ਕਿੱਥੋਂ ਦੁੱਧ ਕਹਿੰਦਾ, ਉਹਨਾਂ ਦਾ ਨਹੀਂ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਹੁੰਦੀਆਂ। ਕਹਿੰਦਾ ਨਹੀਂ ਜੀ ਮੈਂ ਨਹੀਂ ਪੀਣਾ। ਮਹਾਰਾਜ ਕਹਿੰਦੇ ਚੰਗਾ ਸੀ, ਫੇਰ ਛਕਾਂਗੇ। ਆ ਗੜਬਾ ਲੈ ਜਾ, ਰਾਵੀ ਤੋਂ ਜਲ ਦਾ ਭਰ ਕੇ ਲਿਆ। ਜਦੋਂ ਗਿਆ ਗੜਬਾ ਭਰਨ, ਰਾਵੀ ਤੋਂ ਜਲ ਦਾ ਭਰ ਕੇ ਗੜਬਾ ਜਦੋਂ ਮੁੜਿਆ ਤੇ ਇਹਦੀ ਨਿਗਾਹ ਪੈ ਗਈ, ਗੜਬੇ 'ਚ ਦੁੱਧ ਬਣਿਆ ਪਿਆ। ਗੁਰੂ ਬੰਦਰ
ਗੜਵੇ 'ਚ ਦੁੱਧ। ਇਹਨੇ ਸੋਚਿਆ ਵੀ ਚੰਗੀ ਤਰ੍ਹਾਂ ਮੈਥੋਂ ਸਾਫ਼ ਨਹੀਂ ਹੋਇਆ, ਫਿਰ ਡੋਲ੍ਹ ਕੇ ਦੁਬਾਰੇ ਭਰਿਆ, ਫਿਰ ਦੁੱਧ ਗੁਰਮੁਖੋ। ਜਦੋਂ ਰਾਵੀ ਵੱਲ ਨਿਗਾਹ ਮਾਰੀ ਦੁੱਧ ਨੂੰ, ਫਿਰ ਇਹ ਰਾਵੀ ਦੁੱਧ ਦੀ ਹੋਈ ਵਗਦੀ ਨਜ਼ਰ ਆਈ। ਫਿਰ ਮਨ 'ਚ ਆਈ ਨਿਮਰਤਾ, ਹੋਏ ਮਨਾ ਮੈਂ ਕਿਹਦੇ 'ਤੇ ਸ਼ੰਕੇ ਕਰਦਾ ਫਿਰਦਾ, ਇਹ ਤਾਂ ਕੋਈ ਮਹਾਂਪੁਰਸ਼ ਤਕੜੇ ਹੀ ਲੱਗਦੇ ਹੈ। ਦੁੱਧ ਦੀਆਂ ਜਿਹੜਾ ਨਦੀਆਂ ਵਗਾ ਸਕਦਾ ਉਹ ਆਮ ਮਨੁੱਖ ਨਹੀਂ ਹੈ। ਫਿਰ ਜਾ ਕੇ ਖਿਮਾ ਮੰਗੀ, ਫਿਰ ਇੰਨੀ ਸ਼ਰਧਾ ਬਣ ਗਈ, ਕਹਿੰਦਾ ਸੱਚੇ ਪਾਤਸ਼ਾਹ ਹੁਣ ਜਾਇਓ ਨਾ, ਮੈਂ ਤਾਂ ਤੁਹਾਡੀ ਸੇਵਾ ਕਰਨੀ ਹੈ। ਜਾ ਕੇ ਰੌਲਾ ਪਾਇਆ, ਕਹਿੰਦਾ ਉਹ ਲੋਗੋ ਜਿਹਦੇ 'ਤੇ ਤੁਸੀਂ ਸ਼ੱਕ ਕਰਦੇ ਸੀ ਉਹ ਆਮ ਮਨੁੱਖ ਨਹੀਂ ਹੈ, ਉਹ ਤਾਂ ਨਿਰੰਕਾਰ ਸੰਸਾਰ ਦਾ ਭਲਾ ਕਰਦਾ ਫਿਰਦਾ। ਆਖੋ ਸਤਨਾਮ। ਫਿਰ ਭਾਈ ਦੋਧੇ ਨੇ ਜਗ੍ਹਾ ਦਿੱਤੀ ਸੀ। ਉਦੋਂ ਬਾਅਦ ਗੁਰਮੁਖ ਪਿਆਰਿਓ ਇਲਾਕੇ ਦੀਆਂ ਹੋਰ ਵੀ ਸੰਗਤਾਂ ਜੁੜਦੀਆਂ ਗਈਆਂ। ਕਰੋੜੀ ਮੱਲ ਨੂੰ ਵੀ ਲੱਗਿਆ ਪਤਾ, ਉਹਨੇ ਪਹਿਲਾਂ ਤਾਂ ਕੀਤਾ ਸੀ ਗੁਰੂ ਨਾਨਕ ਸਾਹਿਬ ਦਾ ਵਿਰੋਧ, ਪਰ ਬਾਅਦ ਵਿੱਚ ਗੁਰੂ ਮਹਾਰਾਜ ਦਾ ਸੇਵਕ ਬਣ ਗਿਆ, ਉਹਨੇ ਵੀ ਜਗ੍ਹਾ ਦਿੱਤੀ। ਕਹਿੰਦੇ ਜੀ ਹੁਣ ਇੱਥੇ ਹੀ ਟਿਕਾਣਾ ਬਣਾ ਲਓ, ਜਾਇਓ ਨਾ। ਅਤੇ ਭਾਈ ਦੋਧੇ ਦੇ ਘਰ ਵਾਲੀ ਨੂੰ ਮਹਾਰਾਜ ਕਹਿੰਦੇ ਬੀਬੀ ਤੇਰੀ ਕੋਈ ਇੱਛਾ? ਕਹਿੰਦੇ ਜੀ ਮੇਰੀ ਇੱਛਾ ਇਹ ਹੈ ਕਿ ਜਿਹੜਾ ਆਨੰਦ ਤੁਹਾਡਾ ਕੀਰਤਨ ਸੁਣ ਕੇ ਮੈਨੂੰ ਪਹਿਲੇ ਦਿਨ ਆਇਆ ਸੀ ਉਹ ਰੋਜ਼ ਆਵੇ। ਆਖੋ ਸਤਨਾਮ। ਮਹਾਰਾਜ ਕਹਿੰਦੇ ਤੇਰੀ ਵੀ ਭਾਵਨਾ ਜ਼ਰੂਰ ਪੂਰੀ ਹੋਏਗੀ। ਕਈ ਵਾਰੀ ਹੁੰਦਾ ਨਾ, ਕੋਈ ਵੀ ਚੀਜ਼ ਹੈ ਆਪਾਂ ਪਹਿਲੀ ਵਾਰੀ ਪੜ੍ਹੀਏ ਸੁਣੀਏ ਆਨੰਦ ਹੋਰ ਹੁੰਦਾ, ਅਤੇ ਜੇ ਵਾਰੀ ਵਾਰੀ ਪੜ੍ਹੀ ਜਾਓ ਆਨੰਦ ਘਟਦਾ ਜਾਂਦਾ ਹੈ। ਪਰ ਇੱਕ ਵਾਹਿਗੁਰੂ ਦਾ ਕੀਰਤਨ ਹੈ, ਇਹ ਤਾਂ ਸਾਹਿਬ ਮੇਰਾ ਨੀਤ ਨਵਾਂ ਨਿੱਤ ਆਨੰਦ। ਫਿਰ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਗੁਰੂ ਨਾਨਕ ਦਇਆ ਦੇ ਘਰ ਵਿੱਚ ਆਏ, ਇਹ ਨਗਰ ਵਸਾਇਆ ਸੀ। ਅਤੇ ਜਦੋਂ ਜਗ੍ਹਾ ਦੇ ਤੀ, ਕੁਛ ਕਰੋੜੀ ਮੱਲ ਨੇ ਕੁਛ ਭਾਈ ਦੋਧੇ ਨੇ, ਨਗਰ ਤਾਂ ਵਸ ਗਿਆ, ਗੁਰੂ ਸਾਹਿਬ ਦਾ ਪਰਿਵਾਰ ਵੀ ਰਹਿਣ ਲੱਗ ਗਿਆ। ਜਗਤ ਮਾਤਾ ਸੁਲੱਖਣੀ ਜੀ, ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਂਪੁਰਸ਼, ਬਾਬਾ ਲਖਮੀ ਦਾਸ ਜੀ ਉਹ ਵੀ ਆ ਗਏ, ਅਤੇ ਹੋਰ ਵੀ ਜਿਹੜੇ ਸਿੱਖ ਸੇਵਕ ਸੀ ਗੁਰੂ ਨਾਨਕ ਸਾਹਿਬ ਦੇ ਆ ਗਏ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਮਾਤਾ ਪਿਤਾ ਵੀ ਆ ਗਏ, ਗੁਰਮੁਖ ਕਲਿਆਣ ਦਾਸ ਮਹਿਤਾ ਜੀ ਅਤੇ ਮਾਤਾ ਤ੍ਰਿਪਤਾ ਜੀ। ਕਹਿੰਦੇ ਜੀ ਹੁਣ ਨਗਰ ਤਾਂ ਵਸਾ ਲਿਆ, ਇਹਦਾ ਨਾਮ ਕੀ ਰੱਖੀਏ ਆਪਾਂ? ਕਰੋੜੀ ਮੱਲ ਕਹਿੰਦਾ ਜੀ ਤੁਸੀਂ ਆਪਦੇ ਨਾਂ 'ਤੇ ਰੱਖੋ। ਭਾਈ ਦੋਧਾ ਵੀ ਆਖੇ ਤੁਹਾਡਾ ਨਾਂ ਚਾਹੀਦਾ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਨਾਮ ਕੀ ਹੈ? ਨਾਨਕ ਵਿਚਾਰੇ ਦਾ ਸਾਥੀ ਸੰਧੂ ਅਤੇ ਡੂਮ ਨਕਾਰੇ ਦਾ ਨਾਮ ਚਾਹੀਦਾ ਅਕਾਲ ਮੇਰੇ ਪਿਆਰੇ ਦਾ। ਹੋਰ ਦੁਨੀਆਂ ਦੇ ਨਾਮ ਮਿਟ ਜਾਣਗੇ ਤਮਾਮ, ਕਾਇਮ ਰਹੂ ਇੱਕੋ ਰਾਮ, ਜਿਹਨੂੰ ਜੁੱਗਾਂ ਤਾਈਂ ਲੋਕ ਸਤਿਕਾਰ ਦੇ, ਨਾਨਕ ਦੇ ਨਾਮ 'ਤੇ ਨਹੀਂ ਵਸੂ ਨਗਰ ਇਹ ਨਾਂ 'ਤੇ ਕਰਤਾਰ ਦੇ। ਆਹ ਜਿਹੜਾ ਫਿਰ ਰਾਵੀ ਦੇ ਪਰਲੇ ਪਾਸੇ ਨਗਰ ਵਸਾਇਆ ਕਰਤਾਰਪੁਰ ਸਾਹਿਬ।
ਇਹ ਉਦੋਂ ਫਿਰ ਨਾਮ ਰੱਖਿਆ ਸੀ ਮਹਾਰਾਜ ਕਹਿੰਦੇ ਨਾਨਕ ਦੇ ਨਾਮ ਤੇ ਨਹੀਂ ਵਸੂ ਨਗਰ ਇਹਨਾਂ ਤੇ ਕਰਤਾਰ ਦੇ ਨਾਨਕ ਦੇ ਨਾਮ ਤੇ ਨਹੀਂ ਵਸੂ ਨਗਰ ਇਹਨਾਂ ਤੇ ਕਰਤਾਰ ਦੇ ਨਾਨਕ ਦੇ ਨਾਮ ਤੇ ਨਹੀਂ ਸੁਨਗਰ ਇਹਨਾਂ ਤੇ ਕਰਤਾਰ ਦੇ ਨਾਨਕ ਦੇ ਨਾਮ ਤੇ ਨਹੀਂ ਵਸੂ ਨਗਰ ਇਹਨਾਂ ਤੇ ਕਰਤਾਰ ਦੇ ਫਿਰ ਗੁਰਮੁਖ ਪਿਆਰਿਓ 1521 ਤੋਂ ਲੈ ਕੇ 1533 ਈਸਵੀ ਤੱਕ 18 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਕਰਤਾਰਪੁਰ ਸਾਹਿਬ ਬਤੀਤ ਕੀਤਾ। ਇੱਥੇ ਫਿਰ ਆਉਂਦੇ ਜਾਂਦੇ ਜ਼ਰੂਰ ਸੀ, ਜਿੱਥੇ ਹੁਣ ਡੇਰਾ ਬਾਬਾ ਨਾਨਕ ਵਸਿਆ ਨਾ, ਇੱਧਰ ਵੀ ਆਉਂਦੇ, ਤੁਰਨ ਫਿਰਨ ਆਉਂਦੇ ਹੁੰਦੇ, ਆਪਣੇ ਇਲਾਕੇ 'ਚ ਵੀ ਚਰਨ ਪਾਏ ਆ। ਇੱਧਰ ਬਾਬਾ ਬੁੱਢਾ ਜੀ ਨੂੰ ਜਦੋਂ ਮਿਲੇ ਰਮਦਾਸ, ਇਹ ਕਰਤਾਰਪੁਰ ਸਾਹਿਬ ਤੋਂ ਹੀ ਆਏ ਸੀ, ਆਖੋ ਸਤਨਾਮ, ਪਰ ਨਿਵਾਸ ਇੱਥੇ ਰੱਖਿਆ 18 ਸਾਲ ਦਾ ਸਮਾਂ ਗੁਰਮੁਖ। ਇੱਥੇ ਫਿਰ ਸੰਗਤਾਂ ਨੂੰ ਉਪਦੇਸ਼ ਵੀ ਦਿੱਤਾ ਅਤੇ ਇੱਥੇ ਹੀ ਗੁਰਮੁਖ ਪਿਆਰਿਓ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ, ਉਦਾਸੀਆਂ ਵਾਲੇ ਕੱਪੜੇ ਉਤਾਰ ਕੇ ਮਹਾਰਾਜ ਨੇ ਆਪ ਖੇਤੀ ਕਰਨੀ। ਆ ਜਦੋਂ ਜਾਂਦੇ ਹੋ ਕਰਤਾਰਪੁਰ ਸਾਹਿਬ, ਹੁਣ ਤਾਂ ਦੇਖੋ ਲਾਂਘਾ ਖੁੱਲ੍ਹ ਗਿਆ। ਸਿੱਖਾਂ ਦੀ ਰੋਜ਼ ਦੀ ਅਰਦਾਸ ਸੀ, ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਖੁੱਲ੍ਹ ਗਿਆ, ਲਾਂਘਾ ਆਪਾਂ ਕਰ ਸਕਦੇ ਹਾਂ, ਉੱਥੇ ਖੂਹ ਹੁਣ ਵੀ ਹੈਗਾ। ਮਹਾਰਾਜ ਉਸ ਖੂਹ 'ਚੋਂ ਪਾਣੀ ਕੱਢ ਕੱਢ ਕੇ ਖੇਤਾਂ ਨੂੰ ਲਾਉਂਦੇ, ਆਪ ਹਲ ਵਾਹੁਣਾ ਕਿਰਤ ਕਰਨੀ ਸਾਨੂੰ ਸਿਖਾਈ ਆ, ਆਖੋ ਸਤਨਾਮ। ਖੇਤੀਬਾੜੀ ਕਰਨੀ, ਕਿਰਤ ਵੀ ਕੀਤੀ, ਨਾਮ ਵੀ ਜਪਿਆ, ਵੰਡ ਕੇ ਵੀ ਛਕਿਆ, ਸੰਗਤਾਂ ਵੀ ਆਉਂਦੀਆਂ। ਅਤੇ ਇੱਥੇ ਹੀ ਗੁਰਮੁਖ ਪਿਆਰਿਓ ਫਿਰ ਭਾਈ ਲਹਿਣਾ ਜੀ ਆ ਕੇ ਮਿਲੇ, ਉਹਨਾਂ ਨੇ ਵੀ ਸੇਵਾ ਕੀਤੀ। ਅਤੇ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਦਾ ਜਦੋਂ ਬੁਢੇਪਾ ਆਇਆ, ਉਹਨਾਂ ਨੇ ਵੀ ਸਰੀਰ ਇੱਥੇ ਕਰਤਾਰਪੁਰ ਸਾਹਿਬ ਹੀ ਛੱਡਿਆ, ਆਖੋ ਸਤਨਾਮ। ਗੁਰਮੁਖ ਪਿਆਰਿਓ ਉਦੋਂ ਬਾਅਦ 22 ਸਤੰਬਰ 1539 ਈਸਵੀ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਆਪਣਾ ਚੋਲਾ ਤਿਆਗ ਦਿੱਤਾ। ਜੋਤੀ ਜੋਤ ਸਮਾ ਕੇ ਕਹਿ ਦਿਓ ਸੌਖਾ ਸਮਝੋਗੇ, ਪਰ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਨਾ, ਉਦੋਂ ਵੀ ਥੋੜ੍ਹੀ ਜਿਹੀ ਗੜਬੜ ਹੋ ਗਈ। ਹਿੰਦੂ ਤਾਂ ਕਹਿੰਦੇ ਸੀ ਇਹ ਸਾਡਾ, ਮੁਸਲਮਾਨ ਕਹਿੰਦੇ ਸੀ ਸਾਡਾ ਪੀਰ ਹੈ,
ਪੁੱਛਿਆ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਬਣਾਤਾ, ਮਹਾਰਾਜ ਕਹਿੰਦੇ ਭਾਈ ਅੱਜ ਤੋਂ ਇਹਨੂੰ ਸਾਡਾ ਰੂਪ ਕਰਕੇ ਪੂਜਣਾ, ਜੋ ਮੰਗੋਗੇ ਮਿਲੂਗਾ। ਹਿੰਦੂ ਅਤੇ ਮੁਸਲਮਾਨ ਕਹਿੰਦੇ ਮਹਾਰਾਜ ਦੱਸੋ ਅਸੀਂ ਤੁਹਾਡਾ ਅੰਤਮ ਸੰਸਕਾਰ ਹੈ ਜਿਹੜਾ ਕਿਵੇਂ ਕਰੀਏ। ਸਤਿਗੁਰ ਕਹਿੰਦੇ ਇਹ ਤੁਹਾਨੂੰ ਸਮਾਂ ਹੀ ਨਹੀਂ ਮਿਲਣਾ, ਇਹ ਸਮਾਂ ਨਹੀਂ ਮਿਲਣਾ। ਮਹਾਰਾਜ ਦਾ ਬਚਨ ਸੀ, ਦੋ ਗੁਰੂ ਹੈ ਗੁਰਮੁਖੋ ਆਪਣੇ, ਇੱਕ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਗੁਰੂ ਨਾਨਕ ਦੇ ਮਹਾਰਾਜ, ਜਿਹੜੇ ਸਣ ਦੇ ਹੀ ਸੱਚਖੰਡ ਗਏ ਆ। ਆਖੋ ਸਤਨਾਮ। ਮਹਾਰਾਜ ਕਹਿੰਦੇ ਤੁਹਾਨੂੰ ਸਮਾਂ ਨਹੀਂ ਮਿਲਣਾ, ਰੌਲਾ ਪਾ ਲਿਆ ਹਿੰਦੂ ਸਿੱਖਾਂ ਨੇ। ਹਿੰਦੂ ਤਾਂ ਕਹਿਣ ਅਸੀਂ ਸੰਸਕਾਰ ਕਰਾਂਗੇ, ਮੁਸਲਮਾਨ ਕਹਿਣ ਕਬਰ ਪੁੱਟ ਕੇ ਦੱਬਾਂਗੇ। ਸਤਿਗੁਰ ਕਹਿੰਦੇ ਲੜੋ ਨਾ, ਫੁੱਲ ਰੱਖ ਦਿਓ ਸਿਰ ਵਾਲੇ ਪਾਸੇ ਵੀ ਅਤੇ ਪੈਰਾਂ ਵਾਲੇ ਪਾਸੇ ਵੀ। ਜਿਹਦੇ ਫੁੱਲ ਮੁਰਝਾ ਗਏ ਉਹਦੀ ਗੱਲ ਨਹੀਂ ਮੰਨੀ ਜਾਊ, ਜਿਹਦੇ ਫੁੱਲ ਹਰੇ ਭਰੇ ਰਹੇ ਉਹਦੀ ਮੰਨ ਲਿਓ। ਆਪ ਸਤਿਗੁਰ ਚਾਦਰ ਲੈ ਕੇ ਪੈ ਗਏ, ਦਰਵਾਜ਼ਾ ਕਰਤਾ ਬੰਦ। ਜਦੋਂ ਕੁਛ ਸਮੇਂ ਬਾਅਦ ਦਰਵਾਜ਼ਾ ਖੋਲ੍ਹ ਕੇ ਵੇਖਿਆ, ਉੱਥੇ ਗੁਰੂ ਨਾਨਕ ਦਾ ਸਰੀਰ ਹੈ ਨਹੀਂ ਸੀ, ਇਕੱਲੀ ਚਾਦਰ ਪਈ ਅਤੇ ਜਿਹੜੇ ਫੁੱਲ ਰੱਖੇ ਸੀ ਦੋਵੇਂ ਹੀ ਹਰੇ ਭਰੇ। ਗੁਰੂ ਦੋਵੇਂ ਫੁੱਲ ਹਰੇ ਭਰੇ, ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ। ਜਦੋਂ ਸਰੀਰ ਨਾ ਮਿਲਿਆ ਤਾਂ ਹਿੰਦੂ ਮੁਸਲਮਾਨਾਂ ਨੇ ਗੁਰੂ ਨਾਨਕ ਦੇ ਉੱਪਰ ਲਈ ਹੋਈ ਚਾਦਰ ਹੀ ਪਾ ਲਈ। ਕਹਿੰਦੇ ਇਹਦਾ ਤਾਂ ਕੁਛ ਕਰਾਂਗੇ ਨਾ। ਜੋ ਇਤਿਹਾਸ ਵਿੱਚ ਲਿਖਿਆ ਪਿਆਰਿਓ, ਹਿੰਦੂਆਂ ਨੇ ਤਾਂ ਚਾਦਰ ਪਾੜ ਕੇ ਉਹਦਾ ਕੀਤਾ ਸੰਸਕਾਰ, ਮੁਸਲਮਾਨਾਂ ਨੇ ਅੱਧੀ ਚਾਦਰ ਦੱਬ ਕੇ ਕਬਰ ਬਣਾਤੀ। ਪਰ ਰਾਵੀ ਵਿੱਚ ਹੜ੍ਹ ਆਇਆ, ਨਾਲੇ ਤਾਂ ਉਹ ਕਬਰ ਲੈ ਗਿਆ ਰੋੜ ਕੇ, ਨਾਲੇ ਜਿੱਥੇ ਮੜੀ ਬਣਾਈ ਸੀ ਉਹ ਚਾਦਰ ਦੀ ਜਿਹੜੀ ਰਾਖ ਸੀ ਨਾ ਜਦੋਂ ਸੰਸਕਾਰ ਕੀਤਾ, ਉਹ ਇੱਕ ਘੜੇ 'ਚ ਪਾ ਕੇ ਦੱਬੀ ਸੀ ਗੁਰਮੁਖ। ਬਾਬਾ ਸ੍ਰੀ ਚੰਦ ਜੀ ਦੇ ਹੱਥ ਉਹ ਘੜਾ ਲੱਗਿਆ। ਫਿਰ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਨੇ ਸੋਚਿਆ ਗੁਰੂ ਪਿਤਾ ਦੀ ਹੁਣ ਯਾਦ ਬਣਾਈ ਜਾਵੇ। ਇਹਨਾਂ ਨੇ ਫਿਰ ਗੁਰਮੁਖ ਪਿਆਰਿਓ, ਅਜਿੱਤੇ ਰੰਧਾਵੇ ਦੇ ਭਰਾ ਸਧਾਰਨ ਜੀ ਹੋਏ ਨੇ, ਭਾਈ ਸਧਾਰਨ ਜੀ, ਉਹਨਾਂ ਨਾਲ ਰਹਿ ਕੀਤੀ। ਉਹਨਾਂ ਨੇ 110 ਘੁਮਾ ਜ਼ਮੀਨ ਬਾਬਾ ਸ੍ਰੀ ਚੰਦਰ ਜੀ ਭਗਵਾਨ ਨੂੰ ਦੇਤੀ, ਆ ਜਿੱਥੇ ਡੇਰਾ ਬਾਬਾ ਨਾਨਕ ਵਸਿਆ। ਫਿਰ ਬਾਬਾ ਸ੍ਰੀ ਚੰਦਰ ਜੀ ਮਹਾਂਪੁਰਸ਼, ਉਹ ਰਾਖ ਵਾਲਾ ਚਾਦਰ ਦੀ ਰਾਖ ਵਾਲਾ ਘੜਾ ਲੈ ਕੇ ਆਏ, ਕੁਛ ਤਾਂ ਵਿਭੂਤੀ ਵਾਂਗੂ ਛਿੱਟਾ ਦੇਤਾ ਅਤੇ ਬਾਕੀ ਦੱਬ ਕੇ ਗੁਰਦੁਆਰਾ ਸਾਹਿਬ ਬਣਾਤਾ ਸੀ। ਕੱਚਾ ਉਦੋਂ ਕੱਚੇ ਮਕਾਨ ਹੁੰਦੇ, ਇਹ ਪੱਕਾ ਤਾਂ ਬਾਅਦ 'ਚ ਬਣਿਆ ਗੁਰਮੁਖੋ ਦਰਬਾਰ ਸਾਹਿਬ। ਯਾਦਗਾਰ ਬਣਾਤੀ, ਸਮਾਧ ਕਹਿ ਲਓ ਵੱਡੀ ਸਾਰੀ ਤਿਆਰ ਕਰਤੀ। ਇੱਥੇ ਫਿਰ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹੁੰਦੀਆਂ, ਬਾਬਾ ਸ੍ਰੀ ਚੰਦਰ ਜੀ ਮਹਾਰਾਜ ਨੇ ਇਹ ਡੇਰਾ ਬਾਬਾ ਨਾਨਕ ਨੂੰ ਵਸਾਇਆ ਸੀ ਗੁਰਮੁਖ। ਹੁਣ ਸਮਾਂ ਲੰਘਦਾ ਗਿਆ, ਗੁਰੂ ਅੰਗਦ ਦੇ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਸੀ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ, ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ। ਖਡੂਰ ਸਾਹਿਬ ਚਲੇ ਗਏ, ਉੱਥੇ ਸੇਵਾ ਕੀਤੀ।
ਉਹਨਾਂ ਤੋਂ ਬਾਅਦ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ, ਗੁਰਤਖ਼ਤ ਗੱਦੀ ਦੀ ਸੇਵਾ ਤਾਂ ਉੱਧਰ ਚੱਲਦੀ ਰਹੀ, ਪਰ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਡੇਰਾ ਬਾਬਾ ਨਾਨਕ ਦਾ, ਇੱਥੇ ਗੁਰਮੁਖ ਪਿਆਰਿਓ ਇੱਕ ਤਾਂ ਹੁਣ ਦਰਬਾਰ ਸਾਹਿਬ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ, ਪਹਿਲਾਂ ਤਾਂ ਬਣਾਇਆ ਸੀ ਕੱਚਾ ਸਥਾਨ, ਉਦੋਂ ਬਾਅਦ ਹੈਦਰਾਬਾਦ ਨਵਾਬ ਦੇ ਵਜ਼ੀਰ ਨਾਨਕ ਬਖਸ਼ ਨੇ ਕੋਈ ਸੁੱਖ ਲਈ, ਉਹਦੀ ਮਨੋਕਾਮਨਾ ਹੋ ਗਈ ਪੂਰੀ, ਉਹਨੇ 50,000 ਰੁਪਈਆ ਉਸ ਵੇਲੇ ਦਿੱਤਾ ਸੀ ਕਿ ਇਹ ਜਿਹੜੀ ਗੁਰੂ ਨਾਨਕ ਦੀ ਯਾਦ ਹੈ ਇਹਨੂੰ ਪੱਕੀ ਬਣਾਇਆ ਜਾਵੇ। ਰਾਜਾ ਚੰਦੋ ਲਾਲ, ਉਹਦੇ ਵੀ ਮਨ ਦੀ ਕੋਈ ਭਾਵਨਾ ਸੀ ਪੂਰੀ ਹੋ ਗਈ, ਉਹਨੇ ਵੀ ਬਹੁਤ ਸਾਰੀ ਮਾਇਆ ਦਿੱਤੀ। ਫਿਰ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਨੇ ਵੀ ਬਹੁਤ ਸਾਰੀ ਜਗੀਰ ਅਤੇ ਕਿਲ੍ਹਾ ਵੀ ਇੱਥੇ ਦਿੱਤਾ ਸੀ, ਜ਼ਮੀਨ ਵੀ ਬਹੁਤ ਦਿੱਤੀ, ਪੈਸਾ ਵੀ ਬਹੁਤ ਲੱਗਿਆ, ਦਰਬਾਰ ਸਾਹਿਬ ਹੋ ਗਿਆ ਪੱਕਾ, ਗੁਰਦੁਆਰਾ ਸਾਹਿਬ ਬਣ ਗਿਆ। ਇੱਥੇ ਹੁਣ ਇੱਕ ਤਾਂ ਆਪਾਂ ਦਰਸ਼ਨ ਕਰਨੇ ਆ ਡੇਰਾ ਬਾਬਾ ਨਾਨਕ ਮੇਨ ਦਰਬਾਰ ਸਾਹਿਬ ਦੇ, ਅਤੇ ਜਿਹਦਾ ਸੰਬੰਧ ਆਪਣੇ ਨਾਲ ਹੈ, ਜਿਸ ਕਰਕੇ ਆਪਾਂ ਇਕੱਤਰ ਹੋਏ ਹਾਂ, ਉਹ ਹੈ ਚੋਲਾ ਸਾਹਿਬ ਗੁਰੂ ਨਾਨਕ ਜੀ ਦਾ। ਇਹ ਚੋਲਾ ਕਿਹੜਾ ਸੀ? ਜਦੋਂ ਗੁਰੂ ਨਾਨਕ ਦੇ ਮਹਾਰਾਜ ਗੁਰਮੁਖ ਪਿਆਰਿਓ ਮੱਕੇ ਗਏ ਆ ਨਾ ਮੱਕੇ, ਉਸ ਵੇਲੇ ਗੁਰੂ ਨਾਨਕ ਨੇ ਇਹ ਚੋਲਾ ਪਹਿਨਿਆ ਹੋਇਆ ਸੀ, ਕਿਉਂਕਿ ਮੱਕੇ ਜਦੋਂ ਜਾਈਦਾ ਹੱਜ ਕਰਨ, ਉੱਥੇ ਹਰੇਕ ਮੁਸਲਮਾਨ ਵੀ ਨਹੀਂ ਜਾ ਸਕਦਾ। ਪਹਿਲਾਂ ਉਹਦੇ ਸਾਰੇ ਸਰੀਰ 'ਤੇ ਗਾਚੀ ਮਲਦੇ ਆ, ਢੱਕ ਦਿੰਦੇ ਆ ਸਾਰਾ ਸਰੀਰ, ਕਸਮ ਖਵਾਈ ਜਾਂਦੀ ਹੈ ਕਿ ਮੈਨੂੰ ਮੁਹੰਮਦ ਸਾਹਿਬ 'ਤੇ ਇਮਾਨ ਹੈ, ਮੈਂ ਪੱਕਾ ਮੁਸਲਮਾਨ ਹਾਂ, ਤਾਂ ਜਾ ਸਕਦੇ ਹੈ। ਅਤੇ ਗੁਰੂ ਨਾਨਕ ਸਾਹਿਬ ਤਾਂ ਹਿੰਦੂ ਪਰਿਵਾਰ 'ਚ ਜਨਮੇ ਸੀ, ਇਹਨਾਂ ਨੂੰ ਕਿਹਨੇ ਵੜਨ ਦੇਣਾ ਸੀ ਉੱਥੇ? ਜਦੋਂ ਮੱਕੇ ਗਏ ਉਦੋਂ ਚੋਲਾ ਹੀ ਇਹੋ ਜਿਹਾ ਪਾਇਆ ਜਿਹਦੇ ਉੱਤੇ ਗੁਰਮੁਖ ਪਿਆਰਿਓ 1,000 ਤੋਂ ਵੱਧ ਅਰਬੀ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਸੀ। ਆਖੋ ਸਤਨਾਮ। ਅਤੇ ਜਿਹੜੇ ਚੈਕਿੰਗ ਵਾਲੇ ਸੀ, ਮਨ ਵਿੱਚ ਸੋਚਦੇ ਆ, ਕਹਿੰਦੇ ਇਹ ਤਾਂ ਕੋਈ ਵੱਡਾ ਹੀ ਕਾਜੀ ਲੱਗਦਾ, ਜਿਹਦੇ ਚੋਲੇ 'ਤੇ ਵੀ ਕੁਰਾਨ ਸ਼ਰੀਫ, ਅਰਬੀ ਸ਼ਬਦ 1,000 ਤੋਂ ਵੀ ਵੱਧ ਕਢਾਈ ਉਸ ਹਿਸਾਬ ਦੀ ਕੀਤੀ ਸੀ, ਕਢਾਈ ਕਰ ਲਿਖੇ ਸੀ। ਉਹ ਚੋਲਾ ਉਦੋਂ ਪਹਿਨਿਆ ਹੋਇਆ ਸੀ। ਮੱਕੇ ਵੀ ਗਏ ਅਤੇ ਅਰਬ ਦੇਸ਼, ਜਿਵੇਂ ਮੇਰੇ ਤੋਂ ਪਹਿਲਾਂ ਆਪ ਜੀ ਸੁਣ ਰਹੇ ਸੀ ਬਾਬਾ ਸਤਨਾਮ ਸਿੰਘ ਜੀ ਹੋਣਾ ਤੋਂ, ਕੌਰੂ ਬਾਦਸ਼ਾਹ ਦਾ ਵੀ ਉਧਾਰ ਕੀਤਾ, ਮੁਸਲਮਾਨ ਰਾਜਾ ਸੀ, ਮਾਇਆ ਦਾ ਲਾਲਚੀ ਸੀ, ਕਬਰਾਂ ਪੱਟ ਪੱਟ ਕੇ ਵੀ ਮਾਇਆ ਕੱਢਦਾ ਸੀ। ਆਖੋ ਸਤਨਾਮ। ਉਹਦਾ ਵੀ ਉਧਾਰ ਕੀਤਾ ਅਤੇ ਉੱਥੇ ਹੀ ਗੁਰਮੁਖ ਪਿਆਰਿਓ ਅਰਬ ਦੇਸ਼ ਇਰਾਨ ਇੱਕ ਬਾਦਸ਼ਾਹ ਹੋਇਆ ਲਾਜਵਰਦ ਗੁਰਮੁਖ। ਉਹ ਬਹੁਤ ਸਖਤ ਸੁਭਾਅ ਦਾ ਸੀ, ਮਾਇਆ ਦਾ ਵੀ ਲਾਲਚੀ, ਅਤੇ ਉਹ ਚਾਹੁੰਦਾ ਸੀ ਵੀ ਇੱਥੇ ਮੁਸਲਮਾਨ ਹੀ ਹੋਣ, ਕੋਈ ਹੋਰ ਨਾ ਹੋਵੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਉਸ ਇਲਾਕੇ 'ਚ ਗਏ ਅਤੇ ਮੇਰੇ ਸਤਿਗੁਰ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਕਰਨ ਵਾਸਤੇ ਸਾਂਝਾ ਹੋਕਾ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਮਹਾਰਾਜ ਨੇ ਕਹਿਣਾ, ਭਾਈ ਊਚ ਨੀਚ ਦਾ ਭੇਦਭਾਵ ਨਾ ਸਮਝੋ, ਇਹ ਧਰਮ
ਸਮੇਂ ਸਮੇਂ 'ਤੇ ਅਵਤਾਰਾਂ ਨੇ ਸੰਸਾਰ ਨੂੰ ਚਲਾਉਣ ਵਾਸਤੇ ਇੱਕ ਤਰੀਕਾ ਬਣਾਇਆ ਸੀ, ਜਿਹੜੇ ਧਰਮ ਆਪਾਂ ਕਹਿੰਦੇ ਹਾਂ। ਧਰਮਾਂ ਦੇ ਵਿੱਚ ਵੀ ਵੱਡਾ ਛੋਟਾ ਨਹੀਂ ਹੈ, ਕੋਈ ਸਾਰੇ ਇੱਕ ਨੇ। ਮੇਰੇ ਸਤਿਗੁਰ ਨੇ ਹੋਕਾ ਦਿੱਤਾ, ਲਓ ਸਾਰੀ ਸੰਗਤ ਬੋਲਿਓ, ਸਾਜ ਨਹੀਂ ਵਜਾਉਂਦੇ ਬਿਨਾਂ ਹੀ ਸਾਜਾਂ ਤੋਂ, ਤੁਸੀਂ ਵੀ ਨਾਲ ਬੋਲਿਓ। ਮਹਾਰਾਜ ਨੇ ਉੱਚੀ ਦਿਨੇ ਆਖਿਆ, ਭਾਈ ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕੋ ਹੈ, ਭਰਮਾਂ 'ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕੋ ਹੈ, ਭਰਮਾਂ 'ਚ ਪੈ ਗਈ ਦੁਨੀਆ। ਪਰਮਾ 'ਚ ਸਾਰੀ ਸੰਗਤ ਬੋਲੋ, ਭੈਣਾਂ ਬੋਲੋ ਕੱਲੀਆਂ, ਅੱਲਾ ਵਾਹਿਗੁਰੂ ਪਿਆਰਿਓ, ਪਰਮਾਂ 'ਚ ਪੈ ਗਈ ਦੁਨੀਆ। ਪਿਆਰਿਓ, ਪਰਮਾਂ 'ਚ ਪੈ ਗਈ ਦੁਨੀਆ। ਭੈਣਾਂ ਬੋਲੋ, ਪਿਆਰਿਓ ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕੋ ਹੈ, ਭਰਮਾਂ 'ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕੋ ਹੀ ਹੈ, ਭਰਮਾਂ 'ਚ ਪੈ ਗਈ ਦੁਨੀਆ। ਭੈਣਾਂ ਬੋਲੋ, ਅੱਲਾ ਵਾਹਿਗੁਰੂ ਜਦੋਂ ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਤੇ ਲਾਜਵਰਦ ਬਾਦਸ਼ਾਹ ਨਾਰਾਜ਼ ਹੋ ਗਿਆ। ਕਹਿੰਦਾ ਚੋਲਾ ਤਾਂ ਪਾਇਆ ਇਸਲਾਮੀ ਸ਼ਰ੍ਹਾਂ ਵਾਲਾ, ਇਹਦੇ ਉੱਤੇ ਅਰਬੀ ਦੇ ਲਿਖੇ ਨੇ ਸ਼ਬਦ ਕੁਰਾਨ ਸ਼ਰੀਫ ਦੀਆਂ ਆਇਤਾਂ, ਅਤੇ ਹੋਕਾ ਇਹ ਕੀ ਦਿੰਦਾ, ਇਹਨੂੰ ਤਾਂ ਇਸਲਾਮ 'ਚ ਵਾਧਾ ਕਰਨਾ ਚਾਹੀਦਾ ਸੀ। ਕਹਿੰਦਾ ਜੀ ਚੋਲਾ ਲਾ ਦਿਉ। ਸਤਿਗੁਰ ਨਾਨਕ ਕਹਿੰਦੇ ਅਸੀਂ ਤਾਂ ਨਹੀਂ ਲਾਉਣਾ, ਤੁਸੀਂ ਆਪੇ ਹੀ ਲਾ ਲਓ। ਬਾਦਸ਼ਾਹ ਵਜ਼ੀਰ ਨੂੰ ਕਹਿੰਦਾ ਹੈ ਘਰ ਇਹਨਾਂ ਦਾ ਚੋਲਾ ਲਾ ਦੇ, ਅਤੇ ਜਦੋਂ ਵਜ਼ੀਰ ਚੋਲਾ ਲਾਉਣ ਲੱਗਾ ਨਾ, ਐਸੀ ਖੇਡ ਮਹਾਰਾਜ ਨੇ ਵਰਤਾਈ, ਕਹਿੰਦੇ ਪਾਵੇ ਤਾਂ ਚੋਲੇ ਨੂੰ ਹੱਥ, ਹੱਥ 'ਚ ਮਾਸ ਆਵੇ। ਆਖੋ ਸਤਨਾਮ। ਵਜ਼ੀਰ ਡਰ ਗਿਆ, ਕਹਿੰਦਾ ਬਾਦਸ਼ਾਹ ਜੀ ਚੋਲਾ ਤਾਂ ਲੈ ਨਹੀਂ ਰਿਹਾ, ਇਹ ਤਾਂ ਕੋਈ ਸੰਤ ਮਹਾਂਪੁਰਸ਼ ਕਰਨੀ ਵਾਲੇ ਆ, ਇਹਨਾਂ ਦਾ ਤਾਂ ਮਾਸ ਵੀ ਨਾਲ ਹੀ ਆਉਂਦਾ।
ਲਾਜਵਰਦ ਬਾਦਸ਼ਾਹ ਕਹਿੰਦਾ ਫਿਰ ਇਹਨੂੰ ਸਜ਼ਾ ਦਿਓ ਸਖ਼ਤ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਾਰ ਕੁਟਾਈ ਵੀ ਕੀਤੀ, ਗੁਰਮੁਖ ਪਾਣੀ 'ਚ ਵੀ ਡੋਬਣ ਦੀ ਕੋਸ਼ਿਸ਼ ਕੀਤੀ, ਪਹਾੜ ਤੋਂ ਵੀ ਸਿੱਟਿਆ, ਪਰ ਸਤਿਗੁਰੂ ਜੀ ਦਾ ਵਾਲ ਵਿੰਗਾ ਨਾ ਹੋਇਆ। ਆਖੋ ਸਤਨਾਮ। ਉੱਥੇ ਫਿਰ ਕਈ ਗੁਰਮੁਖ ਪਿਆਰਿਓ, ਪੀਰ, ਮੌਲਵੀ, ਹਾਫਿਜ਼, ਕਾਜੀ ਵਿਚਾਰ ਚਰਚਾ ਕਰਨ ਆਏ ਗੁਰੂ ਨਾਨਕ ਜੀ ਦੇ ਨਾਲ, ਪਰ ਮੇਰੇ ਸਤਿਗੁਰ ਨੇ ਉਪਦੇਸ਼ ਇੱਦਾਂ ਦਾ ਦਿੱਤਾ, ਲਾਜਵਰਦ ਨੂੰ ਅਤੇ ਪੀਰਾਂ ਫਕੀਰਾਂ ਨੂੰ ਮੰਨਣਾ ਪਿਆ। ਆਖੋ ਸਤਨਾਮ। ਉਹਨਾਂ ਨੇ ਸਾਰਿਆਂ ਨੇ ਫਿਰ ਇੱਕੋ ਗੱਲ ਆਖੀ ਸੀ, ਲਓ ਫਿਰ ਬੋਲਿਓ ਪਹਿਲਾਂ ਵਾਂਗੂ ਸਾਰੀ ਸੰਗਤ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਭੈਣਾਂ ਬੋਲੋ, ਧੰਨ ਨਾਨਕਾ ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਭੈਣਾਂ ਬੋਲੋ, ਧੰਨ ਮਹਾਰਾਜ ਦੇ ਅੱਗੇ ਸਭ ਝੁਕੇ ਗੁਰਮੁਖੋ। ਫਿਰ ਸਤਿਗੁਰ ਨੂੰ ਕਹਿੰਦੇ ਜੀ ਤੁਸੀਂ ਦੱਸੋ ਉਪਦੇਸ਼। ਮਹਾਰਾਜ ਕਹਿੰਦੇ ਵਹਿਮਾਂ ਭਰਮਾਂ 'ਚੋਂ ਬਾਹਰ ਨਿਕਲੋ, ਆਪ ਤੋਂ ਨੀਵੇਂ ਅਤੇ ਅਨਿਆ ਨਾ ਕਰੋ, ਉਹਨੂੰ ਵੀ ਪਿਆਰ ਨਾਲ ਸਮਝਾ ਬੁਝਾ ਕੇ ਗਿਆਨ ਦੇ ਕੇ ਬਰਾਬਰ ਕਰੀਦਾ। ਇਸ ਗੱਲ 'ਚ ਵਡਿਆਈ ਨਹੀਂ, ਮੈਂ ਵੱਡਾ ਜਾਂ ਮੈਂ ਸੌਖਾ, ਵਧੀਆ ਗੱਲ ਇਹ ਹੈ ਇਹ ਵੀ ਦੇਖਿਆ ਕਰ ਵੀ ਮੇਰੇ ਤੋਂ ਕਿੰਨੇ ਕੁ ਸੌਖੇ, ਮੈਂ ਉਹ ਕੰਮ ਨਾ ਕਰਾਂ ਜਿਹਦੇ ਨਾਲ ਕਿਸੇ ਦੂਜੇ ਨੂੰ ਦੁੱਖ ਹੋਵੇ। ਆਖੋ ਸਤਨਾਮ। ਇਹ ਆਪਾਂ ਵੀ ਭਾਈ ਖਿਆਲ ਰੱਖਣਾ, ਕਮਾਈਆਂ ਕਰੋ, ਸੋਹਣੇ ਘਰ ਬਣਾਓ, ਬੱਚਿਆਂ ਨੂੰ ਪੜ੍ਹਾਓ ਲਿਖਾਓ, ਪਰ ਸੁੱਖ ਤਾਂ ਮਿਲੂ ਜੇ ਸਾਡੀ ਕਿਰਤ ਸੱਚੀ ਹੋਊਗੀ। ਜੇ ਅਸੀਂ ਦੂਜਿਆਂ ਨੂੰ ਲੁੱਟ ਪੁੱਟ ਕੇ ਆਪਣੇ ਬਣਾ ਲਏ ਸਭ ਕੁਛ, ਅਤੇ ਜਿਹਨੂੰ ਦੁੱਖ ਦਿੱਤਾ ਪਰਮਾਤਮਾ ਤਾਂ ਉਹਦੀ ਵੀ ਸੁਣਦਾ ਨਾ, ਉਹ ਫਿਰ ਕਰਮ ਦਾ ਫਲ ਹਰੇਕ ਨੂੰ ਭੋਗਣਾ ਪੈਂਦਾ। ਇਸ ਕਰਕੇ ਦਸਾਂ ਨੌਹਾਂ ਦੀ ਕਿਰਤ ਕਰਕੇ ਵਧੋ ਫੁੱਲੋ, ਚੜ੍ਹਾਈਆਂ ਕਰੋ, ਤਰੱਕੀਆਂ ਕਰੋ, ਪਰਮਾਤਮਾ ਭਾਗ ਲਾਵੇ। ਇਹ ਜਿਹਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਉੱਥੇ ਦਿੱਤਾ, ਅਤੇ ਉਹੀ ਚੋਲਾ ਪਹਿਨ ਕੇ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਸੀ ਕਰਤਾਰਪੁਰ ਸਾਹਿਬ। ਇੱਥੋਂ ਫਿਰ ਜਦੋਂ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ, ਉਦੋਂ ਬਾਣੀ ਦੀਆਂ ਪੋਥੀਆਂ ਵੀ ਦਿੱਤੀਆਂ, ਕਿਉਂਕਿ ਜਿੱਥੇ ਜਿੱਥੇ ਵੀ ਗਏ ਕਈ ਭਗਤਾਂ ਨਾਲ ਵੀ ਮਿਲਾਪ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ, ਅਤੇ ਹੋਰ ਵੀ ਜਿੱਥੋਂ ਵੀ ਕੋਈ ਰੱਬ ਘਰ ਦੀ ਸਹੀ ਗੱਲ ਮਿਲੀ ਉਹ ਗੁਰੂ ਨਾਨਕ ਜੀ ਨੇ ਲਿਖ ਕੇ ਪੋਥੀਆਂ ਦੇ ਰੂਪ ਵਿੱਚ ਬਾਣੀ ਤਿਆਰ ਕੀਤੀ ਸੀ। ਉਹ ਸਾਰੀਆਂ ਪੋਥੀਆਂ ਨਾਲੇ ਇਹ ਚੋਲਾ
ਖੜਾਵਾਂ ਹੋਰ ਵੀ ਵਸਤਾਂ ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤੀਆਂ, ਸਹਿਲੀ ਟੋਪੀ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਤਾ ਗੱਦੀ ਦੀਆਂ ਵਸਤਾਂ ਗਈਆਂ ਗੁਰੂ ਅਮਰਦਾਸ ਜੀ ਦੇ ਕੋਲ, ਅਤੇ ਗੁਰੂ ਅਮਰਦਾਸ ਜੀ ਤੋਂ ਗੁਰਤਾ ਗੱਦੀ ਗਈ ਗੁਰੂ ਰਾਮਦਾਸ ਜੀ ਕੋਲ, ਸਹਿਲੀ ਟੋਪੀ ਵੀ ਦਿੱਤੀ ਗੁਰਮੁਖੋ, ਖੜਾਵਾਂ ਵੀ ਦਿੱਤੀਆਂ, ਵਸਤਰ ਵੀ ਦਿੱਤੇ, ਪਰ ਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਕਹਿੰਦੇ ਮੈਂ ਤਾਂ ਦੇਣੀਆਂ ਨਹੀਂ, ਉਹ ਗੁਰੂ ਰਾਮਦਾਸ ਜੀ ਨੂੰ ਨਹੀਂ ਮਿਲੀਆਂ ਗੁਰਮੁਖੋ। ਆ ਜਦੋਂ ਜਾਂਦੇ ਹੋ ਗੋਇੰਦਵਾਲ ਸਾਹਿਬ, ਉੱਥੇ ਗੁਰਦੁਆਰਾ ਚੁਬਾਰਾ ਸਾਹਿਬ, ਉਹ ਬਾਬੇ ਮੋਹਨ ਜੀ ਦਾ ਚੁਬਾਰਾ ਸੀ। ਬਾਣੀ ਦੀਆਂ ਪੋਥੀਆਂ ਸਤਿਕਾਰ ਨਾਲ ਚੁਬਾਰੇ 'ਚ ਰੱਖੀਆਂ ਸੀ। ਪਾਠ ਤਾਂ ਬਹੁਤ ਕਰਦੇ, ਬਾਣੀ ਪੜ੍ਹਦੇ, ਪਰ ਮਨ ਨੂੰ ਸ਼ਾਂਤੀ ਨਹੀਂ ਸੀ। ਆਖੋ ਸਤਨਾਮ। ਪਤਾ ਕਿਉਂ? ਕਿਉਂਕਿ ਗੁਰੂ ਅਮਰਦਾਸ ਜੀ ਦਾ ਹੁਕਮ ਨਹੀਂ ਸੀ ਮੰਨਿਆ। ਜਦੋਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਰਾਮਦਾਸ ਬਣਾਤੇ, ਸਾਰਿਆਂ ਨੂੰ ਕਿਹਾ ਸੀ ਵੀ ਆਓ ਇਹ ਗੁਰੂ ਨੇ, ਇਹਨਾਂ ਨੂੰ ਮੱਥਾ ਟੇਕੋ, ਇਹਨਾਂ ਦੇ ਚਰਨੀ ਲੱਗੋ। ਬਾਕੀ ਤਾਂ ਸਾਰਿਆਂ ਨੇ ਮੱਥੇ ਟੇਕਤੇ, ਬਾਬਾ ਮੋਹਨ ਜੀ ਕਹਿੰਦੇ ਮੈਂ ਨਹੀਂ ਮੱਥਾ ਟੇਕਣਾ, ਇਹਦਾ ਘਰ ਨਹੀਂ ਬਾਹਰ ਨਹੀਂ। ਇੱਕ ਤਾਂ ਪਹਿਲਾਂ ਕੁੜੀ ਦਾ ਰਿਸ਼ਤਾ ਕੀਤਾ, ਹੁਣ ਗੁਰਤਾ ਗੱਦੀ ਦੇ ਮਾਲਕ ਬਣਾ ਤਾ, ਸਾਡੇ 'ਚ ਕੋਈ ਘਾਟ ਸੀ? ਨਾ ਮੈਂ ਦੇਣੀਆਂ ਬਾਣੀ ਦੀਆਂ ਪੋਥੀਆਂ। ਬਸ ਬਚਨ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਹੀਂ ਸੀ ਮੰਨਿਆ। ਪੋਥੀਆਂ ਲੈ ਕੇ ਚੁਬਾਰੇ 'ਚ ਜ਼ਰੂਰ ਬਹਿੰਦਾ, ਬਾਣੀ ਪੜ੍ਹਦਾ, ਪਰ ਮਨ ਸ਼ਾਂਤ ਨਹੀਂ ਸੀ। ਇਹ ਗੱਲ ਆਪਣੇ 'ਤੇ ਆਉਣੀ ਹੈ। ਆਪਾਂ ਵੀ ਕਈ ਵਾਰੀ ਸੇਵਾ ਤਾਂ ਬਹੁਤ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਗੁਰੂ ਮਹਾਰਾਜ ਦਾ ਹੁਕਮ ਵੀ ਯਾਦ ਰੱਖਿਆ ਕਰੋ। ਕਲਗੀ ਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਗੁਰ ਸੰਗਤ ਕੀਨੀ ਖਾਲਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਤੱਕ ਜਾਂਦਿਆਂ ਜਾਂਦਿਆਂ ਇਹ ਕਾਨੂੰਨ ਪੱਕਾ ਹੋ ਗਿਆ ਸੀ, ਮਰਿਆਦਾ ਲਾਗੂ ਕਰਤੀ ਸੀ ਵੀ ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਅਖਵਾਉਂਦਾ ਹੈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਜ਼ਰੂਰ ਬਣੇ। ਭਾਈ ਸਿੰਘ ਸਜੋ, ਇਕੱਲੇ ਆਪਾਂ ਨੂੰ ਨਹੀਂ ਕਿਹਾ, ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਸਮੇਤ ਆਪ ਵੀ ਅੰਮ੍ਰਿਤ ਛਕਿਆ ਗੁਰੂ ਨੂੰ। ਜ਼ਰੂਰੀ ਹੈ ਬੇਨਤੀ, ਜਿਉਂਦੇ ਜਿਉਂਦੇ ਤੁਸੀਂ ਵੀ ਭਾਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ। ਇਹ ਠੀਕ ਹੈ ਜਿਹੜਾ ਬਾਣੀ ਪੜ੍ਹਦਾ ਆਪਾਂ ਉਹਨੂੰ ਵੀ ਕਹਿੰਦੇ ਹਾਂ ਗੁਰੂ ਦਾ ਸਿੱਖ ਹੈ, ਪਰ ਅੰਮ੍ਰਿਤ ਦੀ ਦਾਤ ਜ਼ਰੂਰ ਲੈਣੀ ਹੈ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਨਾਨਕਸਰ ਕਰੇਲਾਂ ਵਾਲੇ ਮਹਾਂਪੁਰਖ, ਉਹਨਾਂ ਦਾ ਮੈਂ ਬਚਨ ਪੜ੍ਹਿਆ, ਉਹ ਤਾਂ ਇਹ ਕਹਿੰਦੇ ਹੁੰਦੇ ਵੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਕੋਸ਼ਿਸ਼ ਕਰਿਆ ਕਰੋ ਉਹਨੂੰ ਗੁੜਤੀ ਹੋਈ ਅੰਮ੍ਰਿਤ ਦੀ ਦਿੱਤੀ ਜਾਵੇ, ਕੀ ਪਤਾ ਉਹਨੇ ਕਿੰਨਾ ਕੁ ਚਿਰ ਰਹਿਣਾ, ਉਹ ਅੰਮ੍ਰਿਤ ਧਾਰੀ ਹੋ ਕੇ ਜਾਵੇ। ਆਖੋ ਸਤਨਾਮ। ਸੋ ਜਿਹੜੇ ਅੰਮ੍ਰਿਤ ਧਾਰੀ ਹੋ ਬਾਣੀ ਪੜ੍ਹਿਆ ਕਰੋ, ਸੇਵਾ ਵੀ ਕਰਿਆ ਕਰੋ, ਅਤੇ ਜਿਹੜੇ ਸੇਵਾ ਕਰਦੇ ਹੋ ਬਾਣੀ ਪੜ੍ਹਦੇ ਹੋ ਉਹ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕੋ, ਜ਼ਰੂਰੀ ਹੈ ਮਹਾਰਾਜ ਦਾ ਬਚਨ। ਹੁਣ ਇੱਥੇ ਯਾਦ ਰੱਖਣਾ, ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਗੁਰੂ ਬਣੇ, ਇਹਨਾਂ ਨੂੰ ਗੁਰਮੁਖ ਪਿਆਰਿਓ ਉਹ ਚੋਲਾ ਵੀ ਮਿਲ ਗਿਆ, ਖੜਾਵਾਂ ਵੀ ਮਿਲੀਆਂ, ਸਹਿਲੀ ਟੋਪੀ ਵੀ ਗਈ। ਧਿਆਨ ਰੱਖਣਾ, ਸਹਿਲੀ ਟੋਪੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਨਹੀਂ ਸੀ ਦਿੱਤੀ ਗਈ, ਉਹਨਾਂ ਨੇ ਦਸਤਾਰ ਸਜਾਈ ਸੀ ਅਤੇ ਕਲੰਗੀ ਲਾਈ ਸੀ।
ਪਰ ਗੁਰੂ ਅਰਜਨ ਦੇਵ ਸਾਹਿਬ ਤੱਕ ਇਹ ਮਰਿਆਦਾ ਚੱਲਦੀ ਰਹੀ। ਫਿਰ ਪਿਆਰਿਓ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਆਪ 50 ਸੇਵਕਾਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ ਸੀ। ਅੰਮ੍ਰਿਤਸਰ ਸਾਹਿਬ ਸੇਵਾ ਚੱਲ ਪਈ, ਨਾਲੇ ਤਾਂ ਭਾਈ ਗੁਰਦਾਸ ਜੀ ਤੋਂ ਲਿਖਵਾਈ ਬੀੜ ਗੁਰਮੁਖੋ। ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਨਾ, ਇਹਨਾਂ ਨੂੰ ਸੰਪੂਰਨ ਤਾਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਪਰ ਇਹ ਬੀੜ ਤਿਆਰ ਪਹਿਲਾਂ ਕਰਵਾਈ ਸੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ। ਬੀੜ ਤਿਆਰ ਹੋ ਰਹੀ ਹੈ, ਸਰੋਵਰ ਦੀ ਸੇਵਾ ਚੱਲਦੀ, ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਸੀ, ਬਹੁਤ ਸੰਗਤ ਸੇਵਾ ਕਰਨ ਆਇਆ ਕਰੇ। ਅਤੇ ਬਲਖ ਬੁਖਾਰੇ ਦਾ ਇੱਕ ਸਿੱਖ ਹੋਇਆ ਜਿਹਦਾ ਨਾਮ ਸੀ ਤੋਤਾ ਰਾਮ ਗੁਰਮੁਖ, ਉਹ ਸੇਵਾ ਬਹੁਤ ਕਰਦਾ। ਇੱਕ ਦਿਨ ਉਹਦੇ ਪੈਰ 'ਤੇ ਕਹੀ ਵੱਜ ਗਈ ਗੁਰਮੁਖ, ਤੋਤਾ ਰਾਮ ਦੇ ਪੈਰ 'ਤੇ ਜਦੋਂ ਕਹੀ ਵੱਜੀ, ਉਹਨੇ ਫਿਰ ਵੀ ਪਰਵਾਹ ਨਹੀਂ ਕੀਤੀ, ਸੇਵਾ ਕਰੀ ਗਿਆ। ਕਿਸੇ ਸਿੱਖ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ, ਸੱਚੇ ਪਾਤਸ਼ਾਹ ਜਿਹੜਾ ਬਲਖ ਬੁਖਾਰੇ ਵਾਲਾ ਸਿੱਖ ਹੈ ਨਾ ਤੋਤਾ ਰਾਮ, ਸ਼ਰਧਾ ਤਾਂ ਉਹਦੀ ਬਹੁਤ ਹੈ, ਸੇਵਾ ਕਰਦਾ ਹਰਿਮੰਦਰ ਸਾਹਿਬ, ਉਹਦੇ ਪੈਰ 'ਤੇ ਕਹੀ ਵੱਜ ਗਈ, ਖੂਨ ਨਿਕਲੀ ਜਾਂਦਾ, ਉਹ ਫਿਰ ਵੀ ਨਹੀਂ ਹਟਦਾ, ਅਸੀਂ ਤਾਂ ਹਟਾ ਕੇ ਦੇਖ ਲਿਆ, ਤੁਸੀਂ ਉਹ ਹੀ ਚੱਲੋ ਕੋਈ ਉਪਰਾਲਾ ਕਰੋ। ਗੁਰੂ ਅਰਜਨ ਦੇਵ ਸਾਹਿਬ ਆਪ ਆਏ ਗੁਰਮੁਖ, ਜਦੋਂ ਦੇਖਿਆ ਪੈਰ 'ਤੇ ਕਹੀ ਵੱਜੀ, ਖੂਨ ਨਿਕਲੀ ਜਾਵੇ, ਪਰ ਉਹ ਸੇਵਾ ਭੱਜ ਭੱਜ ਕੇ ਕਰੇ, ਮਹਾਰਾਜ ਖੁਸ਼ ਹੋ ਕੇ ਕਹਿੰਦੇ, ਤੋਤਾ ਰਾਮ ਜੀ ਕਹੀ ਫੜਾ ਦਿਓ ਮੈਨੂੰ, ਤੁਹਾਡੀ ਸੇਵਾ ਪ੍ਰਵਾਨ ਹੈ, ਦੱਸੋ ਚਾਹੀਦਾ ਕੀ ਹੈ, ਦੱਸੋ ਇੱਛਾ ਕੀ ਹੈ, ਮੰਗੋ ਜੋ ਮੰਗਣਾ। ਅਤੇ ਤੋਤਾ ਰਾਮ ਨੇ ਫਿਰ ਬੇਨਤੀ ਕੀਤੀ, ਕਹਿੰਦਾ ਸਤਿਗੁਰ, ਦੁੱਧ ਪੁੱਤ ਅਤੇ ਦੌਲਤ ਤਿੰਨੀ ਚੀਜ਼ਾਂ ਸੰਸਾਰ ਮੰਗਦਾ, ਤੁਹਾਡੀ ਕਿਰਪਾ ਨਾਲ ਰੰਗ ਲੱਗੇ ਪਏ ਆ, ਮਾਲ ਪਸ਼ੂ ਵੀ ਹੈਗਾ, ਧੀਆਂ ਪੁੱਤ ਵੀ ਹੈਗੇ, ਘਰ ਪਰਿਵਾਰ ਸੋਹਣਾ, ਕੰਮ ਧੰਦਾ ਚੱਲਦਾ, ਮਾਇਆ ਦੀ ਵੀ ਕੋਈ ਕਮੀ ਨਹੀਂ, ਮੈਨੂੰ ਤਾਂ ਤੁਹਾਡੀ ਸਿੱਖੀ ਚਾਹੀਦੀ ਆ। ਆਖੋ ਸਤਨਾਮ। ਮਹਾਰਾਜ ਕਹਿੰਦੇ, ਸਿੱਖ ਤਾਂ ਤੁਸੀਂ ਹੈਗੇ ਹੀ ਹੋ, ਭਜਨ ਪਾਠ ਕਰਦੇ ਹੋ, ਸੇਵਾ ਕਰਦੇ ਹੋ, ਕੁਛ ਹੋਰ ਮੰਗ। ਉਹ ਫਿਰ ਹੱਸ ਕੇ ਕਹਿੰਦਾ, ਚੰਗਾ ਜੀ ਐਂ ਕਰੋ, ਉਹ ਚੋਲਾ ਦੇ ਦਿਓ ਜਿਹੜਾ ਗੁਰੂ ਨਾਨਕ ਜੀ ਨੂੰ ਦਰਗਾਹ ਤੋਂ ਮਿਲਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਫਿਰ ਜਵਾਬ ਨਾ ਦੇ ਸਕੇ, ਇਹ ਜਿਹੜੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਨਾ ਸੰਗਤਾਂ, ਇਹ ਚੋਲਾ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਲਖ ਬੁਖਾਰੇ ਦੇ ਸਿੱਖ ਤੋਤਾ ਰਾਮ ਨੇ ਲਿਆ ਸੀ। ਕਹਿੰਦਾ ਜੀ ਉਹ ਚੋਲਾ ਦਿਓ, ਮਹਿਮਾ ਬੜੀ ਸੁਣੀ, ਜਿਹੜਾ ਮਹਾਰਾਜ ਮੱਕੇ ਵੀ ਪਹਿਨ ਕੇ ਗਏ। ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਸੁਲਤਾਨਪੁਰ ਬੇਈ ਨਦੀ 'ਚ ਚੁੱਭੀ ਲਾ ਕੇ ਸੱਚਖੰਡ ਗਏ ਸੀ ਨਾ, ਇਹ ਚੋਲਾ ਉਦੋਂ ਦਰਗਾਹ 'ਚੋਂ ਪ੍ਰਾਪਤ ਹੋਇਆ ਸੀ। ਆ ਜਦੋਂ ਜਾਂਦੇ ਹਾਂ ਆਪਾਂ ਦਰਸ਼ਨ ਕਰਨ, ਆ ਪਿੱਛੇ ਜੇ ਅਸੀਂ ਵੀ ਜਾ ਕੇ ਆਏ ਹਾਂ, ਉੱਧਰ ਸਮਾਗਮ ਸੀਗਾ, ਅਤੇ ਜਦੋਂ ਦਰਸ਼ਨ ਕਰਨ ਗਏ ਉੱਥੇ ਮਹਾਂਪੁਰਖਾਂ ਨੇ ਇਹ ਬਚਨ ਸੁਣਾਏ, ਕਹਿੰਦੇ ਦਰਗਾਹ 'ਚੋਂ ਮਿਲਿਆ ਸੀ ਚੋਲਾ। ਤੋਤਾ ਰਾਮ ਬਲਖ ਬੁਖਾਰੇ ਦਾ ਸਿੱਖ ਕਹਿੰਦਾ, ਜੀ ਚੋਲਾ ਹੀ ਦੇ ਦਿਓ ਮੈਨੂੰ। ਗੁਰੂ ਅਰਜਨ ਦੇਵ ਜੀ ਫਿਰ ਜਵਾਬ ਨਾ ਦੇ ਸਕੇ, ਦੇਤਾ, ਉਹ ਫਿਰ ਲੈ ਗਿਆ ਬਲਖ ਬੁਖਾਰੇ, ਰੋਜ਼ ਸ਼ਰਧਾ ਨਾਲ ਦਰਸ਼ਨ ਕਰਦਾ, ਕੋਲ ਬੈਠ ਕੇ ਪਾਠ ਕਰਦਾ,
ਸੰਗਤ ਦਰਸ਼ਨ ਕਰਨ ਆਇਆ ਕਰੇ। ਬਸ ਜਿਸ ਵੀ ਕੋਈ ਵੀ ਭਾਵਨਾ ਹੁੰਦੀ ਤੋਤਾ ਰਾਮ ਅਰਦਾਸ ਕਰਦਿਆ ਕਰੇ, ਸਭ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਜਾਂਦੀਆਂ। ਆਖੋ ਸਤਨਾਮ। ਗੁਰਮੁਖ ਪਿਆਰਿਓ, ਚੋਲੇ ਕਿਰਪਾਨਾਂ ਕੰਘੇ ਕਸ਼ਹਿਰੇ ਕੜੇ ਇਹ ਸਾਨੂੰ ਚਾਹ ਨੂੰ ਨਹੀਂ ਪਹਿਨਾਏ, ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ। ਜਦੋਂ ਹੱਥ 'ਚ ਕੜਾ ਪਾਇਆ ਦੇਖੇ, ਸੋਚਿਆ ਕਰ ਮੈਂ ਗੁਰੂ ਦਾ ਸਿੱਖ ਹਾਂ, ਇਹਨਾਂ ਹੱਥਾਂ ਨਾਲ ਕੋਈ ਗਲਤ ਕਰਮ ਨਹੀਂ ਕਰਨਾ। ਜਿਵੇਂ ਕੋਈ ਵੀ ਰੱਬ ਦਾ ਪਿਆਰਾ ਸਾਧੂ ਸੰਤ ਮਿਲ ਜੇ, ਮੱਲੋ ਮੱਲੀ ਹੱਥ ਜੁੜ ਜਾਂਦੇ ਆ ਨਾ, ਕਹਿੰਦੇ ਹਾਂ ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ ਜੀ। ਜੇ ਅੰਮ੍ਰਿਤਧਾਰੀ ਹੋਵੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਮ ਹੀ ਕਹਾਵਤ ਹੈ, ਆਵੇ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠੇ ਆ। ਲਓ ਬੋਲਿਓ, ਆਵੇ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠੇ ਆ, ਆਵੇ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠੇ ਆ, ਆਵੇ ਸਾਹਿਬ ਚਿੱਤ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠਿਆ, ਆਵੇ ਜੀ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠਿਆ, ਗੁਰਮੁਖ ਪਿਆਰਿਓ। ਜਿਹੜਾ ਵੀ ਆਉਂਦਾ ਚੋਲਾ ਸਾਹਿਬ ਦੇ ਦਰਸ਼ਨ ਕਰਦਾ ਹੈ, ਗੁਰੂ ਨਾਨਕ ਦੀ ਯਾਦ ਆਉਂਦੀ। ਬਾਬਾ ਕਾਬਲੀ ਜੀ ਨੇ ਵੀ ਭਜਨ ਪਾਠ ਕਰਨਾ, ਸੰਗਤਾਂ ਦੀਆਂ ਹੁੰਦੀਆਂ ਰਹੀਆਂ ਮਨੋ ਭਾਵਨਾਵਾਂ ਪੂਰੀਆਂ, ਅਤੇ ਜਿੰਨਾ ਚਿਰ ਗੁਰਮੁਖ ਪਿਆਰਿਓ ਉਹ ਤੋਤਾ ਰਾਮ ਬਲਖ ਬੁਖਾਰੇ ਵਿੱਚ ਜਿਉਂਦਾ ਰਿਹਾ, ਉਹਨੇ ਕੀਤੀ ਸ਼ਰਧਾ ਨਾਲ ਸੇਵਾ। ਅਤੇ ਜਦੋਂ ਹੋ ਗਏ ਬਜ਼ੁਰਗ, ਜਿਹੜਾ ਉਹਦਾ ਪਰਿਵਾਰ ਸੀ ਨਾ, ਇਹਨੇ ਮਨ 'ਚ ਵਿਚਾਰਿਆ ਵੀ ਮੇਰੇ ਪਰਿਵਾਰ ਨੇ ਇਸ ਗੁਰੂ ਨਾਨਕ ਦੇ ਚੋਲੇ ਦੀ ਸੰਭਾਲ ਨਹੀਂ ਕਰਨੀ, ਪੂਰੀ ਨਹੀਂ ਹੋਣੀ ਸੇਵਾ। ਉਹਨੇ ਪਹਾੜਾਂ ਦੀਆਂ ਗੁਫਾ ਦੇ ਵਿੱਚ ਰੱਖ ਕੇ ਨਾ ਚੋਲਾ, ਮੂਹਰੇ ਵੱਡੇ ਵੱਡੇ ਪੱਥਰ ਚਿਣਤੇ ਗੁਰਮੁਖ, ਅਰਦਾਸ ਕਰਤੀ ਹੈ ਗੁਰੂ ਨਾਨਕ ਸਾਹਿਬ, ਜਿੰਨਾ ਚਿਰ ਮੈਥੋਂ ਸੇਵਾ ਹੋਈ ਮੈਂ ਕੀਤੀ, ਹੁਣ ਮੈਨੂੰ ਲੱਗਦਾ ਕਿਤੇ ਬੇਅਦਬੀ ਹੋਈ ਨਾ ਹੋ ਜੇ, ਆਹ ਤੁਹਾਡਾ ਚੋਲਾ ਮੈਂ ਇੱਥੇ ਰੱਖਤਾ, ਜਿਹਨੂੰ ਤੁਸੀਂ ਯੋਗ ਸਮਝੋ ਉਹਨੂੰ ਆਪੇ ਦੱਸ ਪਾ ਦਿਓ ਅਤੇ ਆ ਕੇ ਲੈ ਲਿਆ। ਆਖੋ ਸਤਨਾਮ। ਤੋਤਾ ਰਾਮ ਜੀ ਤਾਂ ਛੱਡ ਗਏ ਸਰੀਰ ਗੁਰਮੁਖ, ਅਤੇ ਇੱਧਰ ਫਿਰ ਗੁਰੂ ਨਾਨਕ ਸਾਹਿਬ ਦੀ ਨੌਵੀਂ ਪੀੜ੍ਹੀ ਬਾਬਾ ਕਾਬਲੀ ਜੀ, ਆ ਹੁਣ ਵੀ ਜਦੋਂ ਜਾਂਦੇ ਹੋ ਡੇਰਾ ਬਾਬਾ ਨਾਨਕ
ਇੱਥੇ ਗੁਰੂ ਨਾਨਕ ਦੀ ਅੰਸ਼ ਵੰਸ਼ ਵੱਸਦੀ ਹੈ। ਕੁਛ ਤਾਂ ਉਹੀ ਜਾਇਦਾਦ ਮਿਲ ਗਈ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਦੀ ਯਾਦ 'ਚ ਬਾਬਾ ਸ੍ਰੀ ਚੰਦਰ ਜੀ ਨੂੰ ਪ੍ਰਾਪਤ ਹੋਈ ਸੀ। ਕੁਛ ਫਿਰ ਬੇਦੀ ਕੋਲ ਵਾਲਿਆਂ ਨੇ ਆ ਕੇ ਜਗ੍ਹਾ ਖਰੀਦੀ ਵੀ ਗੁਰੂ ਕੋ, ਘਰ ਬਾਰ ਪੈ ਗਏ। ਹੁਣ ਤਾਂ ਬੜੀਆਂ ਰੌਣਕਾਂ ਨਗਰ ਵਸਿਆ, ਕੋਈ ਘਾਟ ਨਹੀਂ ਹੈ ਗੁਰੂ ਕੋ। ਸਕੂਲ ਕਾਲਜ ਬਣ ਗਏ, ਹਸਪਤਾਲ ਬਣ ਗਏ, ਮੇਲੇ ਹੀ ਲੱਗੇ ਪਏ ਆ ਗੁਰੂ ਕੋ। ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਰਸ਼ਨ ਕਰਨ ਜਾਂਦੀਆਂ। ਇੱਥੇ ਫਿਰ ਨੌਵੀਂ ਪੀੜ੍ਹੀ ਗੁਰੂ ਨਾਨਕ ਦੀ ਅੰਸ਼ ਵੰਸ਼, ਬਾਬਾ ਕਾਬਲੀ ਜੀ ਇੱਕ ਦਿਨ ਭਜਨ ਕਰੀ ਜਾਣ ਅਤੇ ਭਜਨ ਕਰਦਿਆਂ ਕਰਦਿਆਂ ਦ੍ਰਿਸ਼ਟਾਂਤ ਉਹ ਚੋਲੇ ਦਾ ਦਿਸ ਗਿਆ ਗੁਰੂ। ਗੁਰੂ ਨਾਨਕ ਜੀ ਨੇ ਦਰਸ਼ਨ ਦੇ ਕੇ ਆਖਿਆ ਸੀ ਕਿ ਬਾਬਾ ਕਾਬਲੀ ਜੀ, ਸਾਡਾ ਦਰਗਾਹੀ ਚੋਲਾ ਬਲਖ ਵਿਖਾਰੇ ਪਿਆ, ਤੁਹਾਨੂੰ ਉਹ ਬਖਸ਼ੀ ਹੈ ਸੇਵਾ, ਤੁਸੀਂ ਜਾ ਕੇ ਲਿਆਓ। ਫਿਰ ਬਾਬਾ ਕਾਬਲੀ ਜੀ ਇੱਥੋਂ ਪੁੱਛਦੇ ਪਛਾਉਂਦੇ ਰਸਤਾ ਤੈਅ ਕਰਦੇ ਹੋਏ ਗਏ। ਜਦੋਂ ਪਹੁੰਚੇ ਬਲਖ ਬਖਾਰੇ, ਉੱਥੇ ਵੀ ਨਾ ਪਤਾ ਲੱਗੇ ਵੀ ਕਿੱਥੇ ਮਿਲੂ ਚੋਲਾ। ਫਿਰ ਹੌਲੀ ਹੌਲੀ ਪੁਰਾਣੇ ਬਜ਼ੁਰਗਾਂ ਨੂੰ ਮਿਲੇ, ਦੱਸਿਆ ਵੀ ਸੁਣਿਆ ਇੱਧਰ ਤੋਤਾ ਰਾਮ ਜੀ ਨੇ ਚੋਲਾ ਕਿਸੇ ਗੁਫਾ 'ਚ ਰੱਖਿਆ। ਅਤੇ ਜਦੋਂ ਉੱਥੇ ਗੁਫਾ ਕੋਲ ਜਾ ਕੇ ਦੇਖਿਆ, ਪੱਥਰੀ ਇੰਨਾ ਭਾਰੀ ਮੂਹਰੇ ਲੱਗਿਆ ਹੋਇਆ ਜਿਹੜਾ ਹਿਲਾਇਆ ਹੀ ਨਾ ਹਿੱਲੇ ਗੁਰਮੁਖ। ਕੋਸ਼ਿਸ਼ ਬਹੁਤ ਕੀਤੀ ਪਰ ਪੱਥਰ ਹਿੱਲੇ ਨਾ ਗੁਰਮੁਖੋ। ਉਦੋਂ ਫਿਰ ਬਾਬਾ ਕਾਬਲੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਸਤਿਗੁਰ, ਜੇ ਸੇਵਾ ਬਖਸ਼ੀ ਹੈ ਤਾਂ ਹੁਣ ਕਰਵਾ ਵੀ ਲਓ, ਆਖੋ ਸਤਨਾਮ। ਜਪਜੀ ਸਾਹਿਬ ਦਾ ਪਾਠ ਕੀਤਾ ਕੋਲੇ ਜਲ ਰੱਖ ਕੇ ਗੁਰੂ, ਜਦੋਂ ਦਿੱਤਾ ਨਾ ਜਲ ਦਾ ਸਿੱਟਾ, ਕਹਿੰਦੇ ਇੱਕਦਮ ਉਹ ਪੱਥਰ ਪਾਟ ਕੇ ਟੋਟੇ ਟੋਟੇ ਹੋ ਕੇ ਸਾਈਡਾਂ 'ਤੇ ਡਿੱਗ ਪਿਆ ਗੁਰਮੁਖ, ਆਸੇ ਪਾਸੇ ਡਿੱਗ ਪਿਆ। ਐਨ ਚੋਲੇ ਦੇ ਪ੍ਰਤੱਖ ਦਰਸ਼ਨ ਹੋਏ, ਆਖੋ ਸਤਨਾਮ। ਇਹ ਜ਼ਿਕਰ ਹੈ 1828 ਈਸਵੀ ਦਾ ਗੁਰੂ, ਜਦੋਂ ਚੋਲੇ ਦੇ ਹੋ ਗਏ ਪ੍ਰਤੱਖ ਦਰਸ਼ਨ। ਬਾਬਾ ਕਾਬਲੀ ਜੀ ਨੇ ਚੋਲਾ ਚੁੱਕਿਆ, ਕਦੇ ਛਾਤੀ ਨੂੰ ਲਾਵੇ, ਕਦੇ ਮਸਤਕ ਨੂੰ ਲਾਵੇ, ਮੱਥੇ ਟੇਕੇ, ਸਾਰੀ ਸੰਗਤ ਨੇ ਹੀ ਮੱਥੇ ਟੇਕੇ, ਸਤਿਕਾਰ ਨਾਲ ਫਿਰ ਬਲਖ ਵਿਖਾਰੇ ਤੋਂ ਵਿਦਾ ਕੀਤਾ। ਅਤੇ ਬਾਬਾ ਕਾਬਲੀ ਜੀ ਫਿਰ ਚੋਲਾ ਲੈ ਕੇ ਆਏ ਸੀ। ਲੈ, ਚੋਲੇ ਦੀ ਗੱਲ ਵੀ ਚੱਲਦੀ ਰਹਿਣੀ ਹੈ, ਇੱਕ ਹੋਰ ਬੇਨਤੀ ਕਰਦੇ ਹਾਂ। ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਾ ਹੀ ਸਿੱਟਾ ਦਿੱਤਾ ਸੀ, ਇਹਦੀ ਬਹੁਤ ਵੱਡੀ ਤਾਕਤ ਹੈ। ਇਹ ਗੱਲ ਮੈਂ ਤਾਂ ਸ਼ੁਰੂ ਕੀਤੀ ਹੈ, ਜਦੋਂ ਵੀ ਘਰਾਂ 'ਚ ਬੱਚੇ ਜਨਮ ਲੈਂਦੇ ਹੈ ਨਾ, ਕੋਈ ਗੁੜ ਕੋਈ ਸ਼ਹਿਦ ਦੀ ਉਂਗਲ ਲਵੇੜ ਕੇ ਬੱਚੇ ਦੇ ਮੂੰਹ 'ਚ ਪਾਉਂਦੇ ਆ ਵੀ ਗੁੜਤੀ ਦਿੱਤੀ ਜਾਂਦੀ ਹੈ, ਪਰ ਉਦੋਂ ਭਾਈ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਲ ਛਕਾਇਆ ਕਰੋ। ਇਹਦਾ ਫਲ ਪਤਾ ਕਿੱਡਾ ਵੱਡਾ, ਮੇਰੀ ਗੱਲ ਯਾਦ ਆ ਗਈ। ਦੇਖੋ ਔਰੰਗਜ਼ੇਬ ਨੇ ਗੁਰੂ ਪਰਿਵਾਰ 'ਤੇ ਕਿੰਨਾ ਜ਼ੁਲਮ ਕੀਤਾ ਨਾ, ਪਰ ਉਸੇ ਦਾ ਹੀ ਪੁੱਤਰ ਸੀ ਬਹਾਦਰ ਸ਼ਾਹ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਯੁੱਧ ਵੀ ਜਿਤਾਇਆ ਅਤੇ ਦਿੱਲੀ ਜਾ ਕੇ ਉਹਦੇ ਸਿਰ 'ਤੇ ਆਪ ਕਲਗੀ ਸਜਾਈ, ਤਾਜ ਰੱਖਿਆ, ਉਹਦੀ ਗੁਰੂ ਘਰ ਨਾਲ ਨੇੜਤਾ ਰਹੀ। ਉਹਦਾ ਕਾਰਨ ਪਤਾ ਕੀ ਸੀ? ਸੱਤਵੇਂ ਪਾਤਸ਼ਾਹ ਦੇ ਸਪੁੱਤਰ ਰਾਮ ਰਾਏ
ਜਦੋਂ ਦਿੱਲੀ ਗਏ ਸੀ ਨਾ, ਉਦੋਂ ਔਰੰਗਜ਼ੇਬ ਦੀ ਬੇਗਮ ਨੂੰ ਬੱਚਾ ਹੋਣ ਵਾਲਾ ਸੀ। ਜਨਨ ਪੀੜਾ ਸ਼ੁਰੂ ਹੋ ਗਈ, ਦਰਦ ਤਾਂ ਹੋ ਹੀ ਜਾਣ ਪਰ ਬੱਚਾ ਜਨਮ ਨਾ ਲਵੇ। ਹੁਣ ਤਾਂ ਦੇਖੋ ਡਾਕਟਰ ਜਦ ਹੀ ਓਪਰੇਸ਼ਨ ਕਰ ਦਿੰਦੇ ਆ, ਉਦੋਂ ਇੱਦਾਂ ਨਹੀਂ ਸੀ ਹੁੰਦਾ, ਕੁਦਰਤੀ ਨੋਰਮਲ ਕੇਸ ਹੁੰਦੇ ਸੀ। ਹੁਣ ਬੇਗਮ ਨੂੰ ਦਰਦ ਤਾਂ ਹੋ ਹੀ ਜਾਵੇ ਪਰ ਬੱਚਾ ਜਨਮ ਨਾ ਲਵੇ। ਔਰੰਗਜ਼ੇਬ ਰਾਮ ਰਾਏ ਜੀ ਨੂੰ ਕਹਿੰਦਾ, ਰਾਮ ਰਾਏ ਜੀ ਕੋਈ ਇੱਥੇ ਥੋੜ੍ਹੀ ਬਹੁਤੀ ਸ਼ਕਤੀ ਦਿਖਾ ਸਕਦੇ ਹੋ? ਰਾਮ ਰਾਏ ਜੀ ਕਹਿੰਦੇ, ਹਾਂ ਲਿਆਓ ਜਲ। ਉਹਨਾਂ ਨੇ ਵੀ ਜਲ ਦਾ ਭਰਿਆ ਬਾਟਾ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਲ ਬੇਗਮ ਨੂੰ ਛਕਾਇਆ ਅਤੇ ਜਦੋਂ ਹੀ ਬੱਚੇ ਨੇ ਜਨਮ ਲੈ ਲਿਆ, ਉਹ ਬਹਾਦਰ ਸ਼ਾਹ ਪੈਦਾ ਹੋਇਆ ਸੀ। ਉਹ ਜਲ ਛਕਾਉਣ ਦੀ ਐਡੀ ਵੱਡੀ ਸ਼ਕਤੀ ਵਾਪਰੀ, ਦੇਖੋ ਐਡੇ ਵੱਡੇ ਜ਼ਾਲਮ ਰਾਜੇ ਦੇ ਘਰ 'ਚ ਰਹਿ ਕੇ ਵੀ ਬਹਾਦਰ ਸ਼ਾਹ ਦਾ ਗੁਰੂ ਘਰ 'ਤੇ ਭਰੋਸਾ ਬਣਿਆ ਰਿਹਾ। ਆਖੋ ਸਤਨਾਮ। ਬੀਬੀਆਂ ਵੀ ਬੈਠੀਆਂ, ਮੈਂ ਬੇਨਤੀ ਕਰਨੀ ਚਾਹੁੰਦਾ, ਪਹਿਲੀ ਗੱਲ ਤਾਂ ਕੋਸ਼ਿਸ਼ ਕਰਿਆ ਕਰੋ ਰੋਜ਼ ਬਾਣੀ ਪੜ੍ਹੋ, ਅਤੇ ਖਾਸ ਕਰਕੇ ਜਣੇਪੇ ਦੇ ਜਿਹੜੇ ਦਿਨ ਹੁੰਦੇ ਆ ਨਾ, ਜਦੋਂ ਤੋਂ ਬੱਚਾ ਕਿਸੇ ਵੀ ਬੀਬੀ ਦੇ ਪੇਟ 'ਚ ਆਉਂਦਾ ਹੈ, ਗਰਭ ਠਹਿਰਨ ਤੋਂ ਲਾ ਕੇ ਬੱਚੇ ਦੇ ਜਨਮ ਹੋਣ ਤੱਕ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਨਾ ਭਾਊ, ਰੋਜ਼ ਪਾਠ ਕਰੋ। ਨਾਨਕ ਸਰ ਵਾਲੇ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜਿਹੜੀ ਬੀਬੀ ਇੱਦਾਂ ਰੋਜ਼ ਸੁਖਮਨੀ ਸਾਹਿਬ ਪੜ੍ਹੂਗੀ, ਜਿਹੜੀ ਔਲਾਦ ਪੈਦਾ ਹੋਊ, ਚਾਹੇ ਪੁੱਤ ਹੋਵੇ ਚਾਹੇ ਧੀ, ਇਹ ਤਾਂ ਕੁਦਰਤ ਦੀਆਂ ਦਾਤਾਂ ਹੈ, ਪਰ ਉਸ ਔਲਾਦ ਨੂੰ ਦੁਨੀਆਂ ਦੀ ਕੋਈ ਵੀ ਸ਼ਕਤੀ ਧਰਮ ਤੋਂ ਤੋੜ ਨਹੀਂ ਸਕਦੀ। ਗੁਰਮੁਖ ਐਡਾ ਵੱਡਾ ਫਲ ਹੈ ਬਾਣੀ ਦਾ। ਡਾਕਟਰਾਂ ਕੋਲ ਤਾਂ ਜਾਂਦੇ ਆਪਾਂ ਜੀ, ਦਵਾਈ ਦਿਓ, ਡਾਕਟਰ ਪਤਾ ਕੀ ਕਹਿੰਦੇ ਆ, ਸਿਹਤ ਦਾ ਖਿਆਲ ਰੱਖੋ ਜੀ, ਕਿਉਂਕਿ ਮਾਂ ਦੀ ਸਿਹਤ ਤੋਂ ਬੱਚੇ ਦੇ ਸਰੀਰ ਬਣਦਾ, ਸਿਹਤ ਬਣਦੀ ਹੈ। ਪਰ ਸੰਤਾਂ ਮਹਾਂਪੁਰਖਾਂ ਦਾ ਇਹ ਬਚਨ ਹੈ, ਜਿੱਥੇ ਸਿਹਤ ਦਾ ਖਿਆਲ ਰੱਖਣਾ, ਸਰੀਰ ਦਾ ਖਿਆਲ ਰੱਖਣਾ, ਉੱਥੇ ਆਪਣੇ ਵਿਚਾਰਾਂ ਦਾ ਵੀ ਖਿਆਲ ਰੱਖੋ, ਕਿਉਂਕਿ ਜੋ ਤੁਹਾਡੇ ਦਿਲ ਦਿਮਾਗ 'ਚ, ਤੁਹਾਡੇ ਮਨ 'ਚ ਚੱਲਦਾ ਹੈ, ਉਹੀ ਫਿਰ ਉਦੋਂ ਬੱਚੇ ਦੇ ਦਿਲ ਦਿਮਾਗ 'ਤੇ ਮਨ 'ਚ ਭਰ ਜਾਂਦਾ। ਆਖੋ ਸਤਨਾਮ। ਤੁਹਾਡੇ ਖਿਆਲਾਂ ਤੋਂ ਹੀ ਬੱਚੇ ਦੇ ਖਿਆਲ ਬਣਦੇ ਹੈ, ਇਹ ਵੀ ਜ਼ਰੂਰੀ ਹੈ। ਕੋਸ਼ਿਸ਼ ਕਰਿਆ ਕਰੋ ਬਾਣੀ ਪੜ੍ਹੋ, ਵੱਧ ਤੋਂ ਵੱਧ ਗੁਰਮੁਖ ਪਿਆਰਿਓ ਭਜਨ ਪਾਠ ਨਾਲ ਜੁੜਨਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਬਾਣੀ ਤਾਂ ਐਡੀ ਵੱਡੀ ਚੀਜ਼ ਹੈ, ਕਹਿੰਦੇ ਨਾਲੇ ਤਾਂ ਮਿਲਦੀ ਹੈ ਮਨ ਨੂੰ ਸ਼ਾਂਤੀ, ਸਾਡੇ ਅੰਦਰ ਦੀ ਜਲਨ ਈਰਖਾ ਦਵੈਤ ਭਾਵਨਾ ਖਤਮ ਹੁੰਦੀ ਹੈ, ਅਤੇ ਨਾਲੇ ਭਾਈ ਰੱਬ ਦੇ ਦੀਦਾਰ ਹੁੰਦੇ ਆ, ਰੱਬ ਦੇ ਦਰਸ਼ਨ। ਜਦੋਂ ਵੀ ਪਾਠ ਕਰਦੇ ਹੋ ਨਾ, ਐਂ ਨਾ ਸੋਚਿਆ ਕਰੋ ਮੈਂ ਸੁਖਮਨੀ ਸਾਹਿਬ ਦਾ ਗੁਟਕਾ ਪੜ੍ਹ ਲਿਆ ਜਾਂ ਜਪਜੀ ਸਾਹਿਬ ਪੜ੍ਹ ਲਿਆ, ਉਦੋਂ ਐਂ ਸਮਝਿਆ ਕਰੋ ਇਹ ਇੱਕ ਇੱਕ ਅੱਖਰ ਗੁਰੂ ਜੀ ਦੇ ਰੋਮ ਨੇ, ਮੇਰੀ ਤਾਂ ਗੱਲ ਅੱਜ ਰੱਬ ਨਾਲ ਹੋ ਰਹੀ ਹੈ। ਆਖੋ ਸਤਨਾਮ। ਪੜ੍ਹਦੇ ਜ਼ਰੂਰ ਹਾਂ, ਪੜ੍ਹ ਕੇ ਗੁਟਕਾ ਫਿਰ ਪਤਾ, ਕਈ ਘਰਾਂ 'ਚ ਮੈਂ ਦੇਖਿਆ ਉੱਤੇ ਕੋਈ ਫੱਟਾ ਜਿਹਾ ਲੱਗਿਆ ਹੁੰਦਾ, ਉੱਥੇ ਤਾਂ ਕੌਲੀਆਂ ਚਮਚੇ ਅਤੇ ਗਲਾਸ ਪਏ ਹੁੰਦੇ, ਉੱਥੇ ਵਿੱਚ ਹੀ ਸੁਖਮਨੀ ਸਾਹਿਬ ਦਾ ਗੁਟਕਾ। ਇੱਦਾਂ ਭਾਈ ਨਿਰਾਦਰ ਨਹੀਂ ਕਰਨਾ ਚਾਹੀਦਾ, ਰੱਖੋ ਜ਼ਰੂਰ ਪਰ ਸਤਿਕਾਰ ਨਾਲ, ਅੱਡ ਸਥਾਨ 'ਤੇ ਗੁਰਬਾਣੀ ਨੂੰ ਰੱਖਣਾ ਚਾਹੀਦਾ।
ਇਹ ਤਾਂ ਆਪਾਂ ਨੂੰ ਹੀ ਭੁਲੇਖਾ ਹੈ ਭਾਈ। ਗੱਲਾਂ ਨਿਤਨੇ ਨਰੈਣ ਨਾਲ ਹੁੰਦੀਆਂ ਹੋਈ ਨਾ ਪਛਾਣ ਅੱਖ ਤੋਂ, ਨਿਤਨੇ ਨਰੈਣ ਨਾਲ ਹੁੰਦੀਆਂ ਹੋਈ ਨਾ ਪਛਾਣ ਅੱਖ ਤੋਂ। ਗੱਲਾਂ ਨਿਤਨੇ ਨਰੈਣ ਨਾਲ ਨਿਤਨੇ ਨਰੈਣ ਨਾਲ ਹੁੰਦੀਆਂ ਹੋਈ ਨਾ ਪਛਾਣ ਅੱਖ ਤੋਂ, ਨਿਤਨੇ ਨਰੈਣ ਨਾਲ ਹੁੰਦੀਆਂ ਹੋਈ ਨਾ ਪਛਾਣ ਅੱਖ ਤੋਂ। ਗੱਲਾਂ ਨਿਤਨੇ ਨਰੈਣ ਨਾਲ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਹੋਰ ਨਹੀਂ ਹੈ ਕੋਈ, ਇਹ ਤਾਂ ਜਿਹਦੇ ਮਸਤਕ ਦੇ ਭਾਗ ਚੰਗੇ ਹੁੰਦੇ ਆ ਉਹੀ ਸੇਵਾ 'ਚ ਲੱਗਦੇ ਆ, ਅਤੇ ਜਾਂ ਫਿਰ ਜਿਹੜੇ ਮਾਲਕ ਦੇ ਚਰਨੀ ਆ ਜਾਣ ਉਹਨਾਂ ਦੇ ਭਾਗ ਸਭ ਤੋਂ ਹੀ ਵੱਡੇ ਹੁੰਦੇ ਆ। ਆਖੋ ਸਤਨਾਮ। ਉਹ ਸ਼ੁਰੂ 'ਚ ਆਪਾਂ ਸ਼ਬਦ ਦੀ ਵਿਚਾਰ ਕੀਤੀ ਹੋਈ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਜਾਏ ਪੜ੍ਹਦੇ ਆ, ਜਿਹੜੇ ਗੁਰੂ ਚਰਨਾਂ 'ਚ ਆ ਜਾਣ। ਹੁਣ ਖਿਆਲ ਕਰਨਾ, ਬਾਬਾ ਕਾਬਲੀ ਜੀ ਬਲਖ ਬੁਖਾਰੇ ਦੀ ਧਰਤੀ ਤੋਂ ਗੁਰਮੁਖ ਪਿਆਰਿਓ ਚੋਲਾ ਲੈ ਕੇ ਆ ਗਏ। ਸਭ ਤੋਂ ਪਹਿਲਾਂ ਜਦੋਂ ਹੁਣ ਜਾਂਦੇ ਹਾਂ ਨਾ ਡੇਰਾ ਸਾਹਿਬ, ਬਾਹਰਲੇ ਪਾਸੇ ਇੱਕ ਖੂਹੀ ਹੈ ਗੁਰਮੁਖ, ਉਹ ਬਾਬਾ ਕਾਬਲੀ ਜੀ ਦਾ ਤਪ ਸਥਾਨ ਹੈ, ਜਿੱਥੇ ਤਪੱਸਿਆ ਕਰਦੇ ਹੁੰਦੇ। ਉੱਥੇ ਚੋਲਾ ਸਾਹਿਬ ਨੂੰ ਲਿਆ ਕੇ ਪ੍ਰਕਾਸ਼ ਕੀਤਾ ਸੀ, ਸੰਗਤਾਂ ਨੂੰ ਦਰਸ਼ਨ ਕਰਾਏ, ਅਤੇ ਹੁਣ ਅੰਦਰ ਦਰਬਾਰ ਸਾਹਿਬ ਬਣਿਆ। ਆਪ ਜੀ ਜਾਂਦੇ ਹੋ ਕਿਉਂਕਿ ਨੇੜੇ ਦੇ ਬੈਠੇ ਹੋ, ਜੇ ਨਹੀਂ ਗਏ ਤਾਂ ਜ਼ਰੂਰ ਦਰਸ਼ਨ ਕਰਿਓ। ਉਹ ਗੁਰੂ ਨਾਨਕ ਦੇ ਸਰੀਰ ਨੂੰ, ਅੰਗਾਂ ਨੂੰ ਲੱਗਿਆ ਹੋਇਆ ਚੋਲਾ ਹੈ, ਅਤੇ ਭੈਣ ਨਾਨਕੀ ਜੀ ਦੇ ਹੱਥਾਂ ਦਾ ਕੱਢਿਆ ਹੋਇਆ ਰੁਮਾਲ ਵੀ ਉੱਥੇ ਰੱਖਿਆ ਹੋਇਆ ਦਰਸ਼ਨ ਕਰਾਉਣ ਵਾਸਤੇ। ਪੁਰਾਤਨ ਚੌਰ ਸਾਹਿਬ ਵੀ ਰੱਖਿਆ ਹੋਇਆ। ਇਹ ਉਹ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੰਗਤ ਪਿੰਡ ਖੜਿਆਲ ਸੈਣੀਆਂ, ਮਹਾਂਪੁਰਖ ਹੁਣ ਤਾਂ ਵੈਸੇ ਬਜ਼ੁਰਗ ਹੋ ਚੱਲੇ ਹੈ, ਉਹ ਸੰਗਤ ਨੂੰ ਲੈ ਕੇ ਦਰਸ਼ਨ ਕਰਨ ਜਾਂਦੇ ਗੁਰਮੁਖੋ। ਆ ਹੁਣ ਜਿਹੜਾ ਭੇਂਟ ਪੱਤਣ ਨਗਰ ਹੈ ਨਾ, ਇੱਥੋਂ ਦੇ ਤੁਸੀਂ ਵਾਸੀ ਬੈਠੇ ਹੋ, ਆ ਬਿਆਸਾ ਦਰਿਆ ਵਗਦਾ। ਹੁਣ ਤਾਂ ਬਦਕਿਸਮਤੀ ਹੈ ਪੰਜਾਬ ਦੀ, ਪੰਜਾਂ ਦਰਿਆਵਾਂ ਦਾ ਪਾਣੀ ਘੱਟ ਗਿਆ ਅਤੇ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਤੁਰਿਆ। ਗੁਰੂ ਹਜੇ ਵੀ ਤੁਹਾਨੂੰ ਬੇਨਤੀ ਹੈ, ਆਪ ਬਾਣੀ ਨਾਲ ਜੁੜ ਜਾਓ ਜੇ ਪਰਿਵਾਰਾਂ ਨੂੰ ਬਚਾਉਣਾ ਹੈ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਕੀ ਸੰਗਤ ਵਿੱਚ ਲੈ ਕੇ ਆਇਆ ਕਰੋ, ਕਿਉਂਕਿ ਇੱਥੇ ਆ ਕੇ ਜਦੋਂ ਮੱਥਾ ਟੇਕੀਦਾ, ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੁੰਦੇ ਆ। ਆਖੋ ਸਤਨਾਮ। ਅੱਗੇ ਦਰਿਆ ਪਾਣੀ ਦੇ ਵਗਦੇ ਹੁੰਦੇ ਗੁਰੂ। ਸਤਲੁਜ ਬਿਆਸ ਦੇ ਵਿਚਾਲੇ ਵਿਚਾੜੇ ਜਿਹੜਾ ਇਲਾਕਾ ਸੀ ਉਹਨੂੰ ਕਹਿੰਦੇ ਸੀ ਦੋਆਬਾ, ਦੁਆਬਾ। ਆਪਾਂ ਮਾਝੇ ਵਿੱਚ ਪੈਂਦੇ ਹਾਂ ਗੁਰਮੁਖ। ਹੁਣ ਇਹ ਦੁਆਬੇ ਵਾਲੀ ਸੰਗਤ ਜਦੋਂ ਆ ਬਿਆਸ ਦਰਿਆ ਪਾਰ ਕਰਦੀ, ਬੇੜੀਆਂ ਰਾਹੀਂ ਆਉਣਾ ਪੈਂਦਾ ਸੀ।
ਆ ਪੁੱਲ ਤਾਂ ਹੁਣ ਬਣੇ ਆ, ਹੁਣ ਤਾਂ ਮੌਜਾਂ ਲੱਗੀਆਂ ਗੁਰਮੁਖੋ, ਇਹ ਤਾਂ ਸਤਿਗੁਰ ਦੀ ਕਿਰਪਾ, ਪੰਜਾਬ ਦੀ ਧਰਤੀ ਨੂੰ ਭਾਗ ਲਾਏ, ਨੌ ਗੁਰੂ ਪੰਜਾਬ 'ਚ ਪੈਦਾ ਹੋਏ ਹੈ, ਨੌ ਗੁਰੂ ਗੁਰਮੁਖ, ਘਾਟ ਹੀ ਕੋਈ ਨਹੀਂ। ਅੱਗੇ ਬਹੁਤ ਔਖਾ ਸੀ, ਨਦੀਆਂ ਦਰਿਆਵਾਂ 'ਤੇ ਪੁੱਲ ਨਹੀਂ ਸੀ ਹੁੰਦੇ ਗੁਰਮੁਖੋ, ਬੇੜੀਆਂ ਰਾਹੀਂ ਸੰਗਤ ਇੱਥੋਂ ਦੀ ਜਾਂਦੀ ਹੁੰਦੀ, ਅਤੇ ਤੁਹਾਡੇ ਵੱਡੇ ਵਡੇਰੇ ਜਿਹੜੇ ਬਜ਼ੁਰਗ ਸੀ, ਜਿਹੇ ਜੀ ਸ਼ਰਧਾ ਹੁੰਦੀ, ਸੇਵਾ ਕਰਦੇ। ਮਾਹਾਂ ਦੀ ਦਾਲ ਬੜੀ ਮਸ਼ਹੂਰ ਹੁੰਦੀ, ਮੈਂ ਸੁਣਿਆ, ਕਹਿੰਦੇ ਜਦੋਂ ਉੱਧਰੋਂ ਤੱਲਣਾ ਨਾ ਹੁਸ਼ਿਆਰਪੁਰ ਤੋਂ, ਸੰਗਤ ਨੇ ਕਹਿਣਾ ਵੀ ਚੱਲਾਂਗੇ ਭੇਂਟ ਪੱਤਣ 'ਤੇ ਜਾ ਕੇ, ਮਾਹਾਂ ਦੀ ਦਾਲ ਨਾਲ ਲੰਗਰ ਛਕਾਂਗੇ, ਮਸ਼ਹੂਰ ਹੁੰਦੀ ਸੀ ਗੱਲ ਗੁਰਮੁਖੋ। ਅਤੇ ਹੁਣ ਤਾਂ ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ, ਇੱਥੇ ਅੱਜ ਵੀ ਜਦੋਂ ਅਸੀਂ ਆਏ ਲੰਗਰ ਚੱਲੀ ਜਾਂਦੇ ਆ, ਅਤੇ 2 ਤਰੀਕ ਨੂੰ ਮੇਰਾ ਖਿਆਲ ਹੈ ਸੰਗਤ ਨੇ ਆਉਣਾ, ਅਤੇ ਉਦੋਂ ਤੱਕ ਤਾਂ ਗੁਰਮੁਖ ਪਿਆਰਿਓ ਉਹ ਡੇਰਾ ਸਾਹਿਬ ਤੱਕ ਪਤਾ ਹੀ ਨਹੀਂ ਕਿੰਨੇ ਕੁ ਤਰ੍ਹਾਂ ਦੇ, ਕਿਸ ਤਰ੍ਹਾਂ ਦੇ, ਕਿੱਡੇ ਕਿੱਡੇ ਵੱਡੇ ਲੰਗਰ ਚੱਲਣੇ ਆ। ਇਹ ਸਤਿਕਾਰ ਹੈ ਸੰਗਤ ਦਾ, ਜਿੰਨੀ ਸੇਵਾ ਕਰ ਲਾਂਗੇ ਪਿਆਰਿਓ, ਓਨਾ ਹੀ ਸਾਡਾ ਮਾਣ ਵਧਣਾ। ਦੇਖੋ ਕਾਰਜ ਤਾਂ ਗੁਰੂ ਸਾਹਿਬ ਦੇ, ਗੁਰੂ ਜੀ ਨੇ ਆਪੇ ਹੀ ਚਲਾਉਣੇ ਹੁੰਦੇ ਆ। ਹਾਂ, ਆਪਣਾ ਹਿੱਸਾ ਹੈ ਗੁਰਮੁਖੋ, ਜਿੰਨਾ ਕੁ ਹਿੱਸਾ ਪਾ ਲਾਂਗੇ, ਕਿਰਤ ਕਮਾਈਆਂ ਸਫਲ, ਸਾਡਾ ਵੀ ਜੀਵਨ ਸਫਲ। ਕੋਈ ਕਵੀ ਕਹਿੰਦਾ ਹੈ, ਕਹਿੰਦੇ ਲੱਖ ਸ਼ੰਪਾਂ ਛੱਲੇ ਪਾ ਲੈ, ਹੱਥ ਸੋਂਦੇ ਨਹੀਂ ਕੀਤੇ ਦਾਨ ਬਿਨਾ, ਤਨ ਤੀਰਥ 'ਤੇ ਇਸ਼ਨਾਨ ਬਿਨਾ। ਜੇ ਤੀਰਥ 'ਤੇ ਇਸ਼ਨਾਨ ਹੀ ਨਹੀਂ ਕੀਤਾ, ਤਨ ਨਹੀਂ ਸੋਂਦਾ। ਲੱਖ ਸ਼ੰਪਾਂ ਛੱਲੇ ਪਾਈ, ਫਿਰ ਹੱਥ ਸੋਹਣੇ ਨਹੀਂ ਲੱਗਦੇ ਜੇ ਦਾਨ ਨਹੀਂ ਕਰਦਾ। ਲੱਖ ਸ਼ੰਪਾਂ ਛੱਲੇ ਪਾ ਲੈ, ਹੱਥ ਸੋਂਦੇ ਨਹੀਂ ਕੀਤੇ ਦਾਨ ਬਿਨਾ, ਤਨ ਤੀਰਥ 'ਤੇ ਇਸ਼ਨਾਨ ਬਿਨਾ, ਸਿੱਖ ਸੋਂਦਾ ਨਹੀਂ ਕਿਰਪਾਨ ਬਿਨਾ। ਸਿੱਖ ਹੈਗਾ, ਬਾਣੀ ਪੜ੍ਹਦਾ, ਅਤੇ ਜੇ ਗਾਤਰੇ ਕਿਰਪਾਨ ਪਾਈ ਹੋਵੇ ਤਾਂ ਉਦੋਂ ਵੀ ਸੋਹਣੀ ਗੱਲ ਹੈ ਗੁਰਮੁਖੋ। ਲੱਖ ਗਾਉਣ ਗਵਈਏ ਗਜ਼ਲਾਂ, ਨਾ ਜਾਗਣ ਲੋਕ ਦੀਵਾਨ ਬਿਨਾ, ਦਿਲ ਖਿੱਚਵੇਂ ਧੜਕ ਵਖਿਆਨ ਬਿਨਾ। ਗਵਈਆਂ ਗਜ਼ਲਾਂ ਜਿੰਨੀਆਂ ਮਰਜ਼ੀ ਗਾਈ ਜਾਣ, ਪਰ ਜਿੱਥੇ ਕੋਈ ਗੁਰੂ ਦੀ ਗੱਲ ਹੀ ਨਹੀਂ, ਦੀਵਾਨ ਨਹੀਂ ਸੱਜਦਾ, ਗੁਰਮਤਿ ਦਾ ਪ੍ਰਚਾਰ ਨਹੀਂ ਹੁੰਦਾ, ਉਹਦੇ ਬਿਨਾਂ ਸਾਡਾ ਭਲਾ ਨਹੀਂ ਹੋਣਾ। ਆਖੋ ਸਤਨਾਮ। ਇਸੇ ਕਰਕੇ ਭਾਈ ਆਪਣਾ ਵੀ ਫਰਜ਼ ਬਣਦਾ ਹੈ, ਵੱਧ ਚੜ੍ਹ ਕੇ ਧਾਰਮਿਕ ਸਮਾਗਮ ਕਰਵਾਈਏ, ਗੁਰੂ ਦੀ ਗੱਲ ਹੋਵੇ, ਫੁੱਟ ਪਾਉਣ ਵਾਲਿਆਂ ਨੂੰ ਨਾ ਬੁਲਾਇਆ ਕਰੋ, ਕਿਉਂਕਿ ਇੱਥੇ ਜੋੜਨ ਵਾਲੀ ਗੱਲ ਚਾਹੀਦੀ ਹੈ। ਸ਼ਰਧਾ ਗੁਰੂ ਸਾਹਿਬ 'ਤੇ, ਗੁਰਸਥਾਨਾਂ 'ਤੇ ਜਿਹੜਾ ਬਣਾਵੇ, ਉੱਦਾਂ ਦੇ ਪ੍ਰਚਾਰਕਾਂ ਨੂੰ ਤੁਸੀਂ ਭਾਈ ਪ੍ਰਮੋਟ ਕਰਿਆ ਕਰੋ, ਸਤਿਕਾਰ ਦਿਆ ਕਰੋ। ਅਤੇ ਜਿਹੜੇ ਫੁੱਟ ਪਾਉਣ ਵਾਲੇ ਆਏ, ਉਹ ਪਹਿਲਾਂ ਵੀ ਸੀ, ਗੁਰੂਆਂ ਵੇਲੇ ਕਿਹੜਾ ਹੋਇਆ ਨਹੀਂ, ਗੁਰੂ ਨਾਨਕ ਪਾਤਸ਼ਾਹ ਨਾਲ ਘੱਟ ਹੋਈ। ਗੁਰੂ ਅੰਗਦ ਦੇਵ ਮਹਾਰਾਜ ਵੇਲੇ ਗੁਰਮੁਖ ਪਿਆਰੋ ਹਮਾਊ ਨੇ ਆ ਕੇ ਤਲਵਾਰ ਹੀ ਕੱਢ ਲਈ ਸੀ, ਪਰ ਸਤਿਗੁਰੂ ਤਾਂ ਕਰਨੀ ਵਾਲੇ ਮੌੜ ਹੀ ਸਰਬ ਕਲਾ ਸਮਰੱਥ, ਕਹਿੰਦੇ ਹਮਾਊ ਫਕੀਰਾਂ 'ਤੇ ਤਲਵਾਰ ਚਲਾਉਣਾ, ਜਿੱਥੇ ਚਲਾਉਣੀ ਚਾਹੀਦੀ ਸੀ ਉੱਥੇ ਤਾਂ ਚੱਲੀ ਨਹੀਂ। ਕਹਿੰਦੇ ਸ਼ੇਰ ਸ਼ਾਹ ਸੂਰੀ ਕੋਲੋਂ ਤਾਂ ਤੂੰ ਹਾਰ ਖਾ ਕੇ ਆ ਗਿਆ, ਸਾਡੇ 'ਤੇ ਚਲਾਉਣੇ, ਚੱਲਦਾ ਆਇਆ। ਗੁਰੂ ਅਰਜਨ ਦੇਵ ਨਾਲ ਕਿਹੜਾ ਘੱਟ ਹੋਈ, ਦਸੇ ਗੁਰੂਆਂ ਦਾ ਵਿਰੋਧ ਵੀ ਹੋਇਆ, ਜ਼ੁਲਮ ਵੀ ਹੋਇਆ ਗੁਰਮੁਖੋ। ਪਰ ਸਤਿਗੁਰ ਦੇ ਬਚਨ ਯਾਦ ਰੱਖਿਆ ਕਰੋ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਪਣੇ ਜੀਵਨ ਵਿੱਚ ਵੀ ਸੱਚ ਕਮਾਓ, ਸੱਚ 'ਤੇ ਪਹਿਰਾ ਦਿਓ, ਬੇਈਮਾਨੀਆਂ ਚੁਸਤੀਆਂ ਚਲਾਕੀਆਂ ਛੱਡ ਕੇ ਪਿਆਰਿਓ, ਪਿਆਰ ਸਤਿਕਾਰ ਸੋਹਣਾ ਨਾਮ ਬਾੜੀ ਵਾਲਾ ਜੀਵਨ ਜਿਉਈਏ। ਆਖੋ ਸਤਨਾਮ। ਲੈ ਬੋਲਿਓ ਪਹਿਲਾਂ ਵਾਂਗੂ, ਬਿਨਾਂ ਹੀ ਸਾਜਾਂ ਤੋਂ ਸਾਰੀ ਸੰਗਤ ਬੋਲਿਓ।
ਬੀਬੀਆਂ ਵੀ ਹਾਜ਼ਰੀ ਲਾਇਓ, ਆਹੀ ਭਾਈ ਗੁਰੂ ਨਾਨਕ ਦਾ ਘਰ ਹੈ ਜਿੱਥੇ ਤੁਹਾਨੂੰ ਬਰਾਬਰ ਦਾ ਹੱਕ ਮਿਲਿਆ। ਬਾਕੀ ਤਾਂ ਧਰਮਾਂ ਦਾ ਜੀਵਨ ਪੜ੍ਹ ਕੇ ਦੇਖ ਲਓ, ਵੈਸੇ ਅਸੀਂ ਉਹ ਫੁੱਟ ਪਾਉਣ ਵਾਲੀ ਗੱਲ ਤਾਂ ਨਹੀਂ ਕਰਨੀ, ਪਰ ਜੇ ਗੱਲ ਨਾ ਦੱਸੀ ਫਿਰ ਤੁਹਾਨੂੰ ਆਪਣੇ ਗੁਰੂ ਦਾ ਪਤਾ ਨਹੀਂ ਲੱਗਣਾ ਵੀ ਗੁਰੂ ਕਿੱਡੇ ਵੱਡੇ ਹੈ। ਧਰਮ ਸਾਰੇ ਸਤਿਕਾਰਯੋਗ ਨੇ, ਸਤਿਕਾਰ ਸਭ ਦਾ ਕਰੀਦਾ, ਪਰ ਹੋਰਾਂ ਧਰਮਾਂ ਵਿੱਚ ਐਂ ਨਹੀਂ ਵੀ ਜਾ ਕੇ ਗੁਰੂ ਦੇ ਚਰਨਾਂ 'ਚ ਬਹਿ ਜਾਓ। ਮੁਸਲਮਾਨ ਬੀਬੀਆਂ ਨੂੰ ਪੁੱਛ ਕੇ ਦੇਖ ਲਿਓ ਵੀ ਤੁਹਾਡੀਆਂ ਵੱਡੀਆਂ ਵੱਡੀਆਂ ਮਸੀਤਾਂ ਕਿਤੇ ਮਸੀਤ 'ਚ ਗਏ ਹੋ? ਉਹ ਕਹੂਗੀ ਭੈਣ ਜੀ ਸਾਨੂੰ ਤਾਂ ਹੁਕਮ ਹੀ ਨਹੀਂ ਮਸੀਤ 'ਚ ਜਾਣ ਦਾ। ਹਿੰਦੂ ਬੀਬੀਆਂ ਨੇ, ਉਹਨਾਂ ਦੇ ਧਰਮ ਦਾ ਚਿੰਨ੍ਹ ਹੈ ਜਨੇਊ। ਕਿਸੇ ਹਿੰਦੂ ਬੀਬੀ ਨੂੰ ਪੁੱਛ ਲਿਓ ਵੀ ਭੈਣ ਜੀ ਤੂੰ ਜਨੇਊ ਪਾਇਆ? ਉਹ ਕਹਿਣਗੇ ਇਸਤਰੀ ਨੂੰ ਤਾਂ ਜਨੇਊ ਪਾਉਣ ਦਾ ਹੱਕ ਨਹੀਂ ਹੈਗਾ। ਉਹਨਾਂ ਦੇ ਮਹਾਂਪੁਰਸ਼ਾਂ ਨੇ, ਗੁਰੂਆਂ ਨੇ, ਅਵਤਾਰਾਂ ਨੇ ਦਿੱਤਾ ਹੀ ਨਹੀਂ ਹੱਕ। ਪਰ ਇੱਕ ਆਪਣਾ ਹੀ ਧਰਮ ਹੈ, ਜੇ ਭਾਈ ਬੈਠੇ ਹਾਂ ਤਾਂ ਬੀਬੀਆਂ ਵੀ ਬਰਾਬਰ ਬੈਠੀਆਂ, ਸਗੋਂ ਵੱਧ ਗਿਣਤੀ ਹੈ। ਜੇ ਬਾਣੀ ਸਿੱਖ ਭਰਾ ਪੜ੍ਹਦੇ ਆ, ਮਾਈਆਂ ਵੀ ਪੜ੍ਹਦੀਆਂ। ਕਥਾ ਕੀਰਤਨ ਜੇ ਸਿੱਖ ਭਰਾ ਕਰਦੇ ਆ, ਬੀਬੀਆਂ ਵੀ ਕਰਦੀਆਂ। ਜੇ ਗੱਲ ਕਰੀਏ ਅਮੋਲਕ ਦਾਤ ਅੰਮ੍ਰਿਤ ਦੀ, ਕਿਉਂਕਿ ਇਹਨੂੰ ਬੜੇ ਖੋਜ ਦੇ ਮਰ ਗਏ, ਨਹੀਂ ਮਿਲਿਆ ਸੀ ਗੁਰਮੁਖੋ। ਸੁਰ ਨਰ ਖੋਜਦੇ ਫਿਰਨ ਜਿਸ ਨੂੰ, ਗੁਰੂ ਤੋਂ ਬਗੈਰ ਗੱਫੇ ਮਿਲੇ ਕਿਸ ਨੂੰ ਗੁਰਮੁਖੋ? ਅਤੇ ਅੰਮ੍ਰਿਤ ਦੀ ਦਾਤ ਵੀ ਸਿੱਖ ਭਰਾਵਾਂ ਨੂੰ ਤਾਂ ਮਹਾਰਾਜ ਨੇ ਪੰਜ ਸੀਸ ਲਏ ਫੇਰ ਦਿੱਤੀ। ਬੀਬੀ ਉਹ ਥੋਥੋਂ ਸੀਸ ਵੀ ਨਹੀਂ ਮੰਗਿਆ, ਫਿਰ ਵੀ ਅੰਮ੍ਰਿਤ ਬਰਾਬਰ ਦਿੱਤਾ। ਆਖੋ ਸਤਨਾ ਮਨ ਨਾਲ ਕਿਹਾ ਕਰੋ ਅਸੀਂ ਕਲੰਗੀ ਧਰ ਦੀਆਂ ਧੀਆਂ। ਭਾਈ ਕਹਿਣ ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਬੀਬੀਆਂ ਆਖਣ ਅਸੀਂ ਕਲੰਗੀ ਧਰ ਦੀਆਂ ਧੀਆਂ। ਅਤੇ ਸਾਰੇ ਗੁਰਮੁਖ ਪਿਆਰੇ ਵੱਲੋਂ ਰਲ ਕੇ ਬੋਲਿਓ, ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ। ਉਹ ਪਿਆਰੇ ਆ, ਜੇ ਮਾੜੀ ਸੰਗਤ ਕਰਕੇ ਟੁੱਟ ਗਿਆ, ਭੁੱਲ ਗਿਆ, ਹਜੇ ਵੀ ਸਮੈਂ ਗੁਰੂ ਵਾਲਾ ਹੋ ਜਾ ਪਿਆਰਿਆ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ। ਗੁਰੂ ਵਾਲਾ ਹੋ ਜਾ, ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ। ਭੈਣਾ ਬੋਲੋ, ਜੇ ਤੂੰ ਭੁੱਲ ਗਿਆ, ਵਾਹ ਵਾਹ, ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ। ਹਾਂ ਸੰਗਤੇ ਖੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ। ਹਾਂ ਸੰਗਤੇ ਖੰਡੇ ਵਾਲਾ। ਬੀਬੀਆਂ ਬੋਲੋ, ਦਸਵੇਂ ਪਿਤਾ ਦੀਆਂ ਇੱਕ ਘੁੱਟ ਭਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ,
ਪਤਾ ਨਹੀਂ ਹੋਏ ਦੇ ਵਿੱਚ ਕੀ ਹਾਂ ਸੰਗਤ ਪਤਾ ਨਹੀਂ ਹੋਏ ਦੇ ਵਿੱਚ ਕੀ ਇੱਕ ਘੁੱਟ ਖੁੱਲ ਜਾਂਦੀਆਂ ਵਿੱਚ ਕੀ ਭੈਣਾ ਬੋਲੋ ਇੱਕ ਘੁੱਟ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜੀ ਹਾਂ ਸੰਗਤ ਮਾਤਾ ਗੁਜਰੀ ਜੀ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜੀ ਹਾਂ ਸੰਗਤ ਮਾਤਾ ਗੁਜਰੀ ਬੋਲੋ ਭਾਈ ਪਿਤਾ ਗੁਰਾਂ ਦੇ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ ਹਾਂ ਸੰਗਤ ਕੋਲੇ ਉਹਨਾਂ ਰੱਖਿਆ ਵੀ ਕੀ ਸਾਰਾ ਪਰਿਵਾਰ ਸਾਡੇ ਉੱਤੋਂ ਵਾਰਿਆ ਕੋਲੇ ਰੱਖਿਆ ਕੀ ਹਾਂ ਸੰਗਤ ਕੋਲੇ ਉਹਨਾਂ ਬੋਲੋ ਸਾਰਾ ਪਰਿਵਾਰ ਗੁਰਾਂ ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਵਾਰ ਦਿੱਤੇ ਦੋ ਸਰਹੰਦ ਵਾਲੀ ਨੀ ਹਾਂ ਸੰਗ ਤੇ ਦੋ ਸਰਹੰਦ ਵਾਲੀ ਨੀ ਅਜੀਤ ਤੇ ਜੁਝਾਰ ਦੋ ਜੰਗ ਵਿੱਚ ਵਾਰ ਦੇ ਦੋ ਸਰਹੰਦ ਵਾਲੀ ਨੀ ਸੰਗ ਤੇ ਅਜੀਤ ਤੇ ਜੁਝਾਰ ਦੋਵੇਂ ਸਰਹੰਦ ਵਾਲੀ ਨੀ ਹਾਂ ਸੰਗ ਤੇ ਦੋ ਸਰਹੰਦ ਵਾਲੀ ਨੀ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਹਾਂ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਹਾਂ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਦਸਵੇਂ ਪਿਤਾ ਦੀਆਂ ਭਾਈ ਖੰਡੇ ਵਾਲਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਆਪਾਂ ਬਣਨਾ ਸਾਡੇ ਲਈ ਦੇਖੋ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਸੇਵਾ ਵੀ ਕਰੋ ਅਤੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ
ਆਪਣਾ ਚਿੱਤ ਆਪਣਾ ਮਨ ਹੋਰ ਪਾਸਿਆਂ ਤੋਂ ਤੋੜ ਕੇ ਗੁਰੂ ਵਾਲੇ ਪਾਸੇ ਜੋੜੋ, ਆਖੋ ਸਤਨਾਮ। ਮਹਾਰਾਜ ਕਹਿੰਦੇ ਮਨ ਚਿੰਦੇ ਆ ਫਲ ਪਾਵਣਾ ਹਉਮੈ ਵਿੱਚੋਂ ਹੋ ਜਾਏ। ਕਹਿੰਦੇ ਜੋ ਵੀ ਤੇਰੇ ਮਨ ਦੀ ਭਾਵਨਾ ਇੱਛਾ ਉਹ ਵੀ ਸਤਿਗੁਰ ਪੂਰੀ ਕਰ ਦੇਣਗੇ, ਪਰ ਇੱਕ ਸ਼ਰਤ ਹੈ। ਕਹਿੰਦੇ ਮਨ ਚੋਂ ਹਉਮੈ ਕੱਢ, ਮੈਂ ਮੇਰੀ ਛੱਡ ਭਾਈ, ਗੁਰੂ ਸਾਹਿਬ ਦੇ ਲੜ ਲੱਗ ਜਾ। ਜੋ ਵੀ ਤੇਰੀ ਇੱਛਾ ਉਹ ਜ਼ਰੂਰ ਸਤਿਗੁਰ ਨੇ ਪੂਰੀ ਕਰਨੀ ਹੈ। 69 ਸਾਲ 10 ਮਹੀਨੇ 10 ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਕਰਕੇ ਐ ਸੰਗਤਾਂ ਦੇ ਸਾਹਮਣੇ ਵਿਚਰੇ, ਗੁਰਮੁਖ ਗਏ ਹੁਣ ਵੀ ਨਹੀਂ ਕਿਤੇ। ਉਹ ਜੋਤ ਗੁਰੂ ਅੰਗਦ ਦੇਵ ਸਾਹਿਬ 'ਚ, ਗੁਰੂ ਅੰਗਦ ਦੇਵ ਤੋਂ ਗੁਰੂ ਅਮਰਦਾਸ, ਫਿਰ ਗੁਰੂ ਰਾਮਦਾਸ, ਫਿਰ ਗੁਰੂ ਅਰਜਨ ਦੇਵ ਸਾਹਿਬ, ਫਿਰ ਗੁਰੂ ਹਰਗੋਬਿੰਦ ਸਾਹਿਬ, ਫਿਰ ਸੱਤਵੀਂ ਥਾਵੇਂ ਸਤਿਗੁਰੂ ਹਰਿ ਰਾਏ ਸਾਹਿਬ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ 8ਵੇਂ ਸਤਿਗੁਰੂ, ਫਿਰ ਗੁਰੂ ਤੇਗ ਬਹਾਦਰ ਮਹਾਰਾਜ, ਉਦੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ 'ਚੋਂ ਹੁੰਦੀ ਹੋਈ ਉਹੀ ਜੋਤ 10ਵੇਂ ਥਾਵੇਂ ਗੁਰੂ ਗੋਬਿੰਦ ਸਿੰਘ ਵਿੱਚ ਪਹੁੰਚੀ, ਆਖੋ ਸਤਨਾਮ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਆਪਾਂ ਨੂੰ ਇਹੀ ਕਿਹਾ, ਭਾਈ ਸਿੱਖੋ ਅੱਜ ਤੋਂ ਸਰੀਰ ਕਰਕੇ ਮੇਰੇ ਦਰਸ਼ਨ ਨਹੀਂ ਹੋਣੇ। ਜੇ ਤੁਸੀਂ ਕਰਨੇ ਚਾਹੁੰਦੇ ਹੋ ਮੇਰਾ ਸਰੀਰ ਗੁਰੂ ਪੰਥ ਵਿੱਚ ਅਤੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਆਇਆ, ਆਖੋ ਸਤਨਾਮ। ਅਤੇ ਸਿੱਖ ਸੰਗਤ ਕਹਿੰਦੀ ਮਹਾਰਾਜ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ। ਫਿਰ ਪਾਤਸ਼ਾਹ ਨੇ ਕਿਹਾ, ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ, ਇਹ ਮੇਰੇ ਨਾਲ ਗੱਲਾਂ ਹੋਣਗੀਆਂ, ਆਖੋ ਸਤਨਾਮ। ਉੱਥੇ ਹੀ ਫਿਰ ਆ ਬਚਨ ਕਹੇ ਸੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਵੋ ਚਹੈ, ਖੋਜ ਸ਼ਬਦ ਮਹਿ ਲੇਹੇ। ਸੋ ਸ਼ਬਦ ਗੁਰਬਾਣੀ ਦੇ ਵੱਧ ਤੋਂ ਵੱਧ ਪੜ੍ਹਦੇ ਹੈ, ਇਹਨਾਂ ਦੀ ਖੋਜ ਕਰਨੀ ਹੈ। ਗੁਰਮੁਖ ਕੋ ਸਿਖਾਇਆ ਕੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਬੰਦੇ ਆ ਦੂਜੇ ਦੇ ਵੱਲ ਤਾਂ ਬੜੀ ਨਿਗਾਹ, ਉਹ ਇੱਦਾਂ ਦਾ ਉਹ ਇੱਦਾਂ ਦਾ, ਕਿਤੇ ਆਪਣੇ ਵੱਲ ਵੇਖ ਮੈਂ ਕੀ ਹਾਂ। ਜਿੱਦੇ ਆਪਣਾ ਆਪ ਵੇਖਣ ਲੱਗ ਗਿਆ ਉਹਦੇ ਤਾਂ ਫਿਰ ਕਹੇਗਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਕਹਿੰਦੇ ਮੈਥੋਂ ਸਾਰੇ ਚੰਗੇ ਹੈ ਜਿੱਦੇ ਆਪਣੇ ਅੰਦਰ ਝਾਤੀ ਮਾਰੀ। ਸੋ ਇਸ ਕਰਕੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ 10 ਪਾਤਸ਼ਾਹੀਆਂ ਦੀ ਜੋਤ ਹੈ ਅਤੇ ਮਹਾਰਾਜ ਦਾ ਪੰਥ ਆ ਜਿਹੜਾ ਖਾਲਸਾ, ਇਹ ਸਤਿਗੁਰੂ ਜੀ ਦਾ ਸਰੀਰ ਹੈ। ਅਤੇ ਅੱਜ ਦੁੱਖ ਨਾਲ ਬੇਨਤੀ ਕਰਨੀ ਪੈਂਦੀ ਹੈ, ਕੁਛ ਇੱਦਾਂ ਦੇ ਅਨਸਰ ਸਾਡੇ ਵਿੱਚ ਪੈਦਾ ਹੋ ਗਏ ਜਿਹੜੇ ਸਾਨੂੰ ਗੁਰੂ ਗ੍ਰੰਥ ਨਾਲੋਂ ਅਤੇ ਗੁਰੂ ਪੰਥ ਨਾਲੋਂ ਹੀ ਤੋੜੀ ਜਾਂਦੇ ਆ, ਆਖੋ ਸਤਨਾਮ। ਬੜੀਆਂ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ, ਇਹ ਤਾਂ ਗੁਰੂ ਸਾਹਿਬ ਦੀ ਕਲਾ ਹੀ ਐਡੀ ਤਕੜੀ ਹੈ, ਕਿਸੇ ਦੇ ਨਹੀਂ ਚੱਲਦੀ ਤਾਕਤ। ਗੁਰੂ ਪਹਿਲਾਂ ਵੀ ਬੜੇ ਜ਼ੁਲਮ ਅਤਿਆਚਾਰ ਹੁੰਦੇ ਆਏ, ਪਰ ਤੁਸੀਂ ਘਬਰਾਉਣਾ ਨਹੀਂ, ਡੋਲਣਾ ਨਹੀਂ, ਸ਼ਰਧਾ ਰੱਖੋ ਗੁਰੂ ਗ੍ਰੰਥ ਸਾਹਿਬ 'ਤੇ। ਦੇਖੋ ਜਿਹੜਾ ਖਾਲਸਾ ਇਹ ਪ੍ਰਗਟ ਕਿਹਨੇ ਕੀਤਾ ਭਲਾ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਤਾ। ਕਹਿੰਦੇ
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿੰਦੇ ਮੈਂ ਵੀ ਨਹੀਂ ਕੁਛ ਕੀਤਾ, ਇਹ ਤਾਂ ਪਰਮਾਤਮਾ ਦੀ ਮੌਜ ਸੀ, ਅਤੇ ਜਿਹੜੀ ਚੀਜ਼ ਪਰਮਾਤਮਾ ਦੀ ਮੌਜ 'ਚ ਪੈਦਾ ਹੋ ਗਈ ਉਹਨੂੰ ਕੋਈ ਨਹੀਂ ਖਤਮ ਕਰ ਸਕਦਾ। ਹਾਂ, ਤੱਟੀਆਂ ਠੰਡੀਆਂ ਬਾਹਾਂ ਤਾਂ ਸ਼ੁਰੂ ਤੋਂ ਹੀ ਵਗਦੀਆਂ ਆਈਆਂ, ਇਸ ਕਰਕੇ ਭਾਈ ਸ਼ਰਧਾ ਭਰੋਸਾ ਉੱਟ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ 'ਤੇ ਰੱਖਣਾ। ਇਹਨਾਂ ਦੀ ਬਾਣੀ ਪੜ੍ਹੋ, ਇਹਨਾਂ ਨੂੰ ਮੱਥਾ ਟੇਕੋ, ਜੋ ਵੀ ਚਾਹੀਦਾ ਉਹ ਮੰਗ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ। ਲਓ ਸਾਰੀ ਸੰਗਤ ਪ੍ਰੇਮ ਅਦਬ ਸਤਿਕਾਰ ਦੇ ਨਾਲ ਗੁਰੂ ਚਰਨਾਂ 'ਚ ਬੇਨਤੀ ਕਰਾਂਗੇ। ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਭੇਂਟ ਪੱਤਣ ਗੁਰਦਾਸਪੁਰ ਜ਼ਿਲ੍ਹੇ ਦੀ ਸਾਰੀ ਸੰਗਤ ਦਾ, ਜਿਨ੍ਹਾਂ ਨੇ ਸੋਹਣਾ ਉਪਰਾਲਾ ਕੀਤਾ ਅਤੇ ਦਾਸ ਦੇ ਜਥੇ ਨੂੰ ਇੱਥੇ ਮਾਣ ਬਖਸ਼ਿਆ। ਸਤਿਕਾਰਯੋਗ ਸਰਦਾਰ ਲਾਲ ਸਿੰਘ ਜੀ, ਸਰਦਾਰ ਜਸਪਾਲ ਸਿੰਘ ਜੀ ਹੋਣੀ, ਇਹਨਾਂ ਦਾ ਪਰਿਵਾਰ ਯੂਟਿਊਬ ਦੇ ਜ਼ਰੀਏ ਪ੍ਰੋਗਰਾਮ ਸੁਣਦਾ ਸੀ, ਸੰਗਤ ਨਾਲ ਵਿਚਾਰ ਕੀਤੀ, ਫਿਰ ਸੰਗਤ ਵੱਲੋਂ ਮਤਾ ਪਾਸ ਹੋ ਗਿਆ ਵੀ ਚਲੋ ਬੁਲਾ ਲਓ ਮੈਨੂੰ ਨਚੀਜ਼ ਨੂੰ ਅਤੇ ਮੇਰੇ ਜਥੇ ਨੂੰ। ਆਪ ਜੀ ਨੇ ਸਤਿਕਾਰ ਦਿੱਤਾ, ਮਾਣ ਦਿੱਤਾ, ਗੁਰੂ ਕੀ ਵਡਿਆਈ ਕਰਨ ਦਾ ਸਮਾਂ ਦਿੱਤਾ। ਮੈਂ ਆਪਣੇ ਜਥੇ ਵੱਲੋਂ ਧੰਨਵਾਦ ਕਰਦਾ। ਬਠਿੰਡਾ ਜ਼ਿਲ੍ਹਾ ਨਗਰ ਵਾਲਿਆਂ ਵਾਲੀ ਤੋਂ ਅਸੀਂ ਆਏ ਹਾਂ, 5-5.5 ਘੰਟਿਆਂ ਦਾ ਰਸਤਾ ਸਾਡਾ ਹੈਗਾ। ਸੋ ਆਪ ਜੀ ਨੇ ਇੰਨੀ ਦੂਰੋਂ ਬੁਲਾ ਕੇ ਇੱਥੇ ਸੇਵਾ ਦਾ ਮਾਣ ਬਖਸ਼ਿਆ, ਅਦਬ ਸਤਿਕਾਰ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਪਵਿੱਤਰ ਦਿਹਾੜੇ ਦੀਆਂ ਸਾਡੇ ਜਥੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਵੱਧ ਚੜ੍ਹ ਕੇ ਸੇਵਾ ਕਰੋ ਅਤੇ ਮਹਾਰਾਜ ਦੇ ਚਰਨਾਂ 'ਚ ਆਪਾਂ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਕੋਈ ਦੁੱਧ, ਕੋਈ ਮਾਇਆ, ਕੋਈ ਲੰਗਰ ਦੀਆਂ ਰਸਤਾਂ ਵਸਤਾਂ, ਕੋਈ ਸੇਬ, ਕੋਈ ਸੰਤਰੇ, ਕੋਈ ਕੇਲੇ, ਕੋਈ ਗੰਨਿਆਂ ਦਾ ਰਸ ਕੱਢ ਕੇ ਸੰਗਤਾਂ ਨੂੰ ਵਰਤਾ ਰਿਹਾ, ਜੂਸ ਪਿਲਾ ਰਿਹਾ, ਕੋਈ ਦੁੱਧ ਪਿਲਾ ਰਿਹਾ, ਇਹਨਾਂ ਸਾਰਿਆਂ ਦੀ ਸੇਵਾ ਮਨਜ਼ੂਰ ਕਰਨੀ। ਲਓ ਪਹਿਲਾਂ